ਪਹਿਲਾਂ ਦੱਸ ਵਿਚਾਰੀ ਸਾਈਕਲ ਰੋੜੀ ਆਉਂਦੀ ਵੀ ਕਮਲੀਏ ਤੂੰ ਤਾਂ ਭਾਵੇਂ ਟਰੈਕਟਰ ਨੂੰ ਪੈਡਲ ਮਾਰ ਲਾ ਉਹ ਨੱਠਿਆ ਵੀਰੇ ਸਤਿ ਸ਼੍ਰੀ ਅਕਾਲ ਸੁਫਨਾ ਜੀ ਸਤਿ ਸ਼੍ਰੀ ਅਕਾਲ ਨਿਹਾਲ ਕੀ ਹੋ ਗਿਆ ਸਪਨਾ ਚੈਨ ਲੈ ਗਈ ਨਹੀਂ ਸਾਈਕਲ ਦਾ ਪੈਡਲ ਢਿੱਲਾ ਸੀ ਮੈਂ ਸੋਚਿਆ ਕਿਤੇ ਨਿਕਲ ਹੀ ਨਾ ਜਾਏ ਉਹ ਅੱਛਾ ਚੱਲ ਕੋਈ ਨਾ ਆ ਮੈਂ ਤੈਨੂੰ ਆਪਣੇ ਬੁਲਟ ਤੇ ਛੱਡ ਦਿੰਦਾ ਬੈਠੇਗੀ ਨਾ ਮੇਰੇ ਬੁਲਟ ਤੇ ਹਾਂਜੀ ਬਿਲਕੁਲ ਤੂੰ ਬਿਠਾਏਗਾ ਮੇਰਾ ਤਾਂ ਬਚਪਨ ਦਾ ਹੀ ਸਪਨਾ ਕਿ ਮੈਂ ਸਪਨਾ ਨੂੰ ਆਪਣੇ ਬੁਲਟ ਦੇ ਪਿੱਛੇ ਬਿਠਾ ਕੇ ਤੇ ਬੁਲਟ ਨੂੰ ਦਵੱਲੀ ਜਾਵਾਂ ਤੇ ਕਦੇ ਵੀ ਆਪਣਾ ਸਫ਼ਰ ਖਤਮ ਨਾ ਹੋਵੇ ਹਾਏ ਕਿੰਨੀਆਂ ਚੰਗੀਆਂ ਗੱਲਾਂ ਕਰਦਾ ਨਾ ਤੂੰ ਨਿਹਾਲ ਹਾਏ ਅੱਛਾ ਜੀ ਇਸ ਲਿਫਾਫੇ ਵਿੱਚ ਕੀ ਹੈ 800 ਗ੍ਰਾਮ ਭਿੰਡੀਆਂ ਤੇਰੇ ਲਈ ਲਿਆਇਆ ਮੈਂ ਕਹਿ ਕੇ ਸਬਜ਼ੀ ਵਾਲੇ ਨੂੰ ਸਪੈਸ਼ਲੀ ਧਨੀਆ ਪਵਾਇਆ ਮੈਂ ਇਹ 800 ਗ੍ਰਾਮ ਹੀ ਕਿਉਂ ਕਿਲੋ ਪੂਰੀਆਂ ਕਿਉਂ ਨਹੀਂ ਕਰਵਾਈਆਂ ਓਏ ਨਾ ਸਮਾਨ ਵਲਟ ਤੇ ਆਉਂਦਾ ਨਹੀਂ ਨਾ ਚੱਲ ਆ ਹੁਣ ਬੈਠ ਜਾ ਪਰ ਰਾਜ ਤੂੰ ਮੇਰਾ ਕੋਈ ਨਜਾਇਜ਼ ਫਾਇਦਾ ਤਾਂ ਨਹੀਂ ਚੁੱਕੇਗਾ ਸਦਕੇ ਜਾਵਾਂ ਤੇਰੇ ਕਨਫੀਡੈਂਸ ਦੇ ਮਤਲਬ ਮਤਲਬ ਤੇਰਾ ਮਾਮਾ ਪਿੰਡ ਦਾ ਸਰਪੰਚ ਆ ਮੈਂ ਏਦਾਂ ਦੀ ਹਰਕਤ ਕਦੇ ਵੀ ਨਹੀਂ ਉਹ ਚਿੰਤਾ ਤੂੰ ਛੱਡ ਦੇ ਮਾਮਾ ਜੀ ਨੂੰ ਮੈਂ ਆਪੇ ਹੀ ਮਨਾ ਲੂ ਸੱਚੀ ਤੂੰ ਆਪਣੇ ਮਾਮੇ ਨੂੰ ਮਨਾ ਲੇਗੀ ਨਾ ਹਾਂ ਪਰ ਤੂੰ ਮੌਸਮਾਂ ਵਾਂਗੂ ਬਦਲ ਤਾਂ ਨਹੀਂ ਜਾਏਗਾ ਮੌਸਮਾਂ ਵਾਂਗੂ ਤੇ ਮੈਂ ਕਦੇ ਵੀ ਨਹੀਂ ਇਹ ਸਾਰਾ ਕੁਛ ਕਿੰਨੀ ਛੇਤੀ ਛੇਤੀ ਹੋ ਰਿਹਾ ਨਾ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਮੈਨੂੰ ਤਾਂ ਸਾਲਾ ਆਪ ਯਕੀਨ ਨਹੀਂ ਹੋ ਰਿਹਾ ਇਹ ਹੋ ਕੀ ਰਿਹਾ ਚੱਲ ਆ ਬੈਠ ਬੁਲਟ ਤੇ ਬੈਠ ਜਾ ਬੁਲਟ ਉਤੇ ਛਾਲ ਮਾਰ ਕੇ ਬਿਲੋ ਟਾਈਮ ਕੱਢ ਗਏ ਦੇ ਪਿੰਡ ਦੀ ਸਰਪੰਚ ਦੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆ ਗਾ ਆਪਣੀ ਕੁੜੀ ਦਾ ਖਿਆਲ ਰੱਖੀ ਤੂੰ ਮੇਰੇ ਵਿਆਹ ਕਰਵਾਉਣ ਨੂੰ ਜੇ ਕਰਦਾ ਬੇਬੇ ਨਾ ਮੰਨਦੇ ਮੇਰੀ ਮਾਮਾ ਜੀ ਪਿੰਡੀਆਂ ਇਹ ਕਿੱਥੋਂ ਚੱਕ ਲਿਆ ਈ ਇਹ ਮੇਰੇ ਸ਼ਗਨਾਂ ਦੀਆਂ ਪਿੰਡੀਆਂ ਹੈ ਮਾਮਾ ਜੀ ਸ਼ਗਨਾਂ ਦੀਆਂ ਪਿੰਡੀਆਂ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਹੁਣ ਤਾਂ ਤੁਸੀਂ ਮੈਨੂੰ ਤੋਰਨ ਦੀ ਤਿਆਰੀ ਕਰੋ ਤੂੰ ਕਿੱਥੇ ਤੁਰ ਕੇ ਜਾਣਾ ਪੁੱਤ ਮੈਂ ਤੇ ਨਿਹਾਲ ਆਪਣੇ ਵਿਆਹ ਦਾ ਫੈਸਲਾ ਕਰ ਚੁੱਕੇ ਹਾਂ ਮਾਮਾ ਜੀ ਆਪਣਾ ਨਿਹਾਲ ਕਿਹੜਾ ਫੀਟ ਵਾਲਿਆਂ ਦਾ ਨਿਹਾਲ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਹ ਸਾਲੇ ਨੂੰ ਮੰਗਿਆ ਕੋਈ ਪਾਣੀ ਦਾ ਗਲਾਸ ਨਹੀਂ ਦਿੰਦਾ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਦੇ ਦੂੰ ਉਹਨੂੰ ਮਾਮਾ ਜੀ ਮੈਂ ਆਪਣੇ ਨਿਹਾਲ ਬਾਰੇ ਇੱਕ ਲਫ਼ਜ਼ ਵੀ ਹੋਰ ਨਹੀਂ ਸੁਣਨਾ ਚਾਹੁੰਦੀ ਅੱਛਾ ਉਹਦੇ ਆਪਣੇ ਤਾਈ ਤਾਈ ਨੇ ਤਾਂ ਕਦੇ 4 ਬੰਦੇ ਸਾਹਮਣੇ ਉਹਨੂੰ ਆਪਣਾ ਨਿਹਾਲ ਕਿਹਾ ਨਹੀਂ ਤੇਰਾ ਨਿਹਾਲ ਕਿੱਥੋਂ ਹੋ ਗਿਆ ਮੈਂ ਉਹਦੇ ਖਿਲਾਫ਼ ਇੱਕ ਲਫ਼ਜ਼ ਨਹੀਂ ਸੁਣਨਾ ਚਾਹੁੰਦੀ ਬਸ ਮਾਮਾ ਜੀ ਮੈਂ ਹੋਰ ਨਹੀਂ ਸੁਣਨਾ ਚਾਹੁੰਦੀ ਨਹੀਂ ਤਾਂ ਮੈਂ ਕੁਝ ਕਰ ਬੈਠਾਂਗੀ ਮੈਂ ਕੀ ਕਰ ਬੈਠੇਗੀ ਤੂੰ ਕੀ ਕਰ ਬੈਠੇਗੀ ਉਹ ਦੱਸ ਮੈਨੂੰ ਕੀ ਕਰ ਬੈਠੇਗੀ ਤੂੰ ਬੜੀ ਆਈ ਹੈ ਖਬਰਦਾਰ ਜੇ ਮੇਰੇ ਸਾਹਮਣੇ ਜ਼ਬਾਨ ਚਲਾਈ ਏ ਤੇ ਬਕਵਾਸ ਨਾ ਕਰਿਆ ਕਰ ਜੇ ਮਾਮਾ ਜੀ ਮੈਂ ਤੁਹਾਡੀ ਆਪਣੀ ਕੁੜੀ ਹੁੰਦੀ ਤਾਂ ਵੀ ਤੁਸੀਂ ਇਦਾਂ ਹੀ ਕਰਦੇ ਬਗਾਨੀਆਂ ਤਾਂ ਬਗਾਨੀਆਂ ਹੀ ਹੁੰਦੀਆਂ ਨੇ ਨਹੀਂ ਕੁੜੀਏ ਸਮਝਾ ਇਹਨੂੰ ਜਿੱਦ ਛੱਡੋ ਤੁਸੀਂ ਵੀ ਤੁਹਾਨੂੰ ਪਤਾ ਤਾਂ ਹੈ ਵੀ ਉਹਨੇ ਮੰਨਣਾ ਤਾਂ ਹੈ ਨਹੀਂ ਨਾਲੇ ਵਿਆਹ ਤੋਂ ਬਾਅਦ ਮੁੰਡੇ ਸੁਧਰ ਜਾਂਦੇ ਹੁੰਦੇ ਨੇ ਇੱਕ ਗੱਲ ਤਾਂ ਸੋਚੋ ਮੁੰਡਾ ਕਿੱਡੀ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਨਾ ਇਹ ਤਾਂ ਨਿਆਣੀ ਹੈ ਤੇਰੀ ਅਕਲ ਨੂੰ ਕੀ ਹੋਇਆ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਕਿ ਨਿਹਾਲ ਦਾ ਰਿਸ਼ਤਾ ਮੈਂ ਆਪਣੀ ਧੀ ਬਾਰੇ ਮੰਗਿਆ ਹੈ ਜਿਹੜੀ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੇ ਬਿਠਾਇਆ ਨਾ ਤੇ ਉਸੇ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਦਾ ਪੁੰਜੇ ਲਾ ਕੇ ਰੱਖ ਦੇਣਾ ਹੁਣ ਮੈਂ ਕਿਹੜਾ ਮੂਲ ਕੇ ਜਾਊਂਗਾ ਧੰਨ ਭਾਗ ਸਾਡੇ ਤੁਸੀਂ ਸਾਡੇ ਘਰ ਚਰਨ ਪਾਏ ਜੀ ਭੈਣ ਜੀ ਗੱਲ ਕਰਨੀ ਸੀ ਇਹ ਇੱਧਰ ਉੱਧਰ ਕੀ ਵੇਖ ਰਹੇ ਹੋ ਗੱਲ ਇਹ ਹੋਈ ਜੀ ਕੋਈ ਸੁਣ ਨਾ ਲਵੇ ਅਸੀਂ ਆਪਣੀ ਸਪਨਾ ਦਾ ਰਿਸ਼ਤਾ ਤੁਹਾਡੇ ਨਿਹਾਲ ਨਾਲ ਕਰਨਾ ਚਾਹੁੰਦੇ ਮੈਂ ਕੁਝ ਸਮਝੀ ਨਹੀਂ ਮੈਂ ਵੀ ਨਹੀਂ ਸਮਝਿਆ ਬਈ ਨਿਹਾਲ ਜਿੰਨਾ ਮਰਜ਼ੀ ਨਿਖੱਦ ਹੋਵੇ ਪਰ ਮੁੰਡਾ ਤਾਂ ਚੰਗਾ ਉਹ ਤਾਂ ਸਾਡੀ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੀ ਅਸੀਂ ਵਿਚਾਰ ਕੀਤਾ ਕਿ ਬਈ ਆਪਣੀ ਸਪਨਾ ਦਾ ਹੱਥ ਤੁਹਾਡੇ ਨਿਹਾਲ ਦੇ ਹੱਥ ਹੀ ਦੇ ਦੇਣਾ ਬਸ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਪਰ ਮੈਂ ਇੱਕ ਵਾਰੀ ਨਿਹਾਲ ਨੂੰ ਪੁੱਛ ਤਾਂ ਲਵਾਂ ਨਿਹਾਲ ਤੇ ਮੈਂ ਇੱਕ ਫੈਸਲਾ ਲਿੱਤਾ ਕਿ ਅਸੀਂ ਜ਼ਿੰਦਗੀ ਚ ਇੰਨੀ ਦੂਰ ਨਿਕਲ ਜਾਈਏ ਕਿ ਕਦੇ ਵੀ ਇਹ ਜ਼ਿੰਦਗੀ ਦਾ ਸਫ਼ਰ ਮੁੱਕੇ ਨਾ ਮੈਂ ਹਮੇਸ਼ਾ ਉਹਦੇ ਲਈ ਭਿੰਡੀਆਂ ਬਣਾਵਾਂ ਤੇ ਉਹ ਮੇਰੇ ਲਈ ਖੇਤਾਂ ਚੋਂ ਮੂਲੀਆਂ ਪੱਟ ਕੇ ਲਿਆਵੇ ਮੈਨੂੰ ਲੱਗਦਾ ਸ਼ਿਕਾਇਤ ਲੈ ਕੇ ਆਈ ਆ ਸਰਪੰਚ ਸਾਹਿਬ ਮੈਂ ਇਹਨੂੰ ਛੇੜਿਆ ਨਹੀਂ ਜੀ ਇਹਦੇ ਸਾਈਕਲ ਦਾ ਪੈਡਲ ਢਿੱਲਾ ਹੋ ਗਿਆ ਸੀ ਮੈਂ ਤੈਨੂੰ ਲਿਫਟ ਵੀ ਦਿੱਤੀ ਆ ਪੁੱਛ ਲਓ ਇਹਨੂੰ ਨਿਹਾਲ ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ
इधर आ तू मेरे नाल, मैं कोई इथे तेरी शिकायत थोड़ी ना लेके आई हां। पर साडे घरे तां जदों भी कोई आया सारे शिकायतां ही लेके आए ने। मामा जी इथे अपने ब्याह दी गल करन आए। अपने ब्याह दी गल? हां जी। ले सरपंच साहब मैं तली गल्ला जी, सानू भाई घट वाली सजा दे दो, साडे ना कोई आवे ना कोई जावे, पर एडा वड्डा सजा दा ढोल ला दो जी प्लीज। निहाल तू मैनू क्या सी, मैं तेरे नाल सारी जिंदगी बिताना चाहना ते तेरे हाथ दी पिंडियां भी खाना चाहना। ओ पिंडियां दा मतलब तू ब्याह कड लिया? कमली इन्नी छेती तां कोई पिंडियां तरदा नहीं, तू ब्याह तरी बैठी है। अच्छा मेरी गल सुन, देख तू मेरी वड्डी भैण वर्गी है। निहाल मेरी गल सुन ला, मैं नहीं ब्याह करवाना हैगा। पर दस कमी की है मेरे च? कोई कमी नहीं, सगा तो 35-40 किलो फालतू है। मेरी गल सुन ला, मैं कहता ए ब्याह नहीं हो सकता। पर क्यों नहीं हो सकता? मैं किसी और प्यार करता। कह दे क्या झूठ है? ऐ कि मैं कहता झूठ है? ओ कुड़ी मेरा रब है, मेरा सच्चा प्यार है, मैं किसे होर दा नहीं हो सकता। ए सोने वर्गी पवित्र दे उस दी हो चुकी है। कौन है वो? दस मेनू, जिन्हें सोने वर्गी दे मैं तो खोली। कौन है वो? दस मेनू, कौन है वो? तेनू दस के कुड़ी मरावनी है मैं, दिमाग खराब है मेरा। की तमाशा लाया तू? ये तू मेरी कुड़ी ना व्याह नहीं सी कराना, तेनू लारा क्यों लाया? वो तो मैं सजा तो डरते रहे, फायदा चुक लिया जी। तू मेरी कुड़ी का फायदा चुक रहे? जे मेरी भाणजी नूं कुछ होया ना तां मैं तैनूं नहीं छड्डदा। पुत्तर सच्ची सच्ची दस, तेरा किसे कुड़ी नाल चक्कर है? किद्दां दी गल्लां करदी बेबे? जे इह गल आ तां सपना नाल व्याह करा ला, कुड़ी माड़ी नहीं है। अच्छा माड़ी नहीं बेबे, इह तां तकड़ी है। नाले जे दुबारा मैनूं इदां दी गल कही ना, मैं टेंकी तो चढ़ के छाल मार देनी। भाई देखी चल, अज अपने पिंड तो भाग लग जाने आज, एने छाल मार देनी टेंकी तो। ना तिए काम ना करी। मामा जी मैं टेंकी तो छाल मार देंगी जे मेरा निहाल नाल ब्याह ना कीता था। ओ सरपंच जी, ए निहाल स्पीड वाला ओदे नाल ब्याह करवा चाहुंदी है। निहाल ता ओ यार चुप कर यार, एदे मेरा की कसूर है? ओने कुड़ी दा दिमाग खराब कर रख्या। ब्याह रही है मामा जी। ओए ना तिए ना, तेनू रब दा वास्ता छाल ना मारी। तेरा तो मलबा कठा करनू भी हजार बंदा चाहिए। तू थले आ जा, मैं ब्याह कराऊंगा तेरा निहाल नाल। पर ओ कहंदा ओदी जिंदगी च कोई होर कुड़ी है। ओए ना तिए ना, तेरे अर्गी कमली रोज रोज थोड़ा जमदी है, जेड़ी निहाल वर्गे निखत ना प्यार करे। तू थले आ जा। बापू जी तुसी ता कुछ बोलो। बिल्कुल बिल्कुल, कुड़ी नु ब्याह दा लारा लाउण वाले नु कुड़ी नाल ब्याह करौणा ही पऊगा। तेरा ब्याह निहाल नाल मैं कराऊं, तू हेठा आ जा, रब दा वास्ता हेठा आ जा। चलो आपा निहाल दे घर चल के ओदी बेबे नाल फैसला कर दे। चलो 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 सारे चलो। तारी सलाह जदों भी ते सलाह दिती है ना, पुठी सलाह दिती है। एह जिहा बिजू मैं जिहड़ा तेरी सलाह मान लेना। उत्तो सला बिजुआ दा सरदार पिंड दा सरपंच, जिहड़ा सला अब्दुल ड्रम वर्गी भाणजी दा रिश्ता लैके मेरे अगे चोबर जवान लई आ गया। मैं तां हैरान आ, किहड़ा कराऊ इह जी ना ब्याह? सली किहे जी तां पई आ। बम्बोए बम्बोए हटो, इहनूं ना देख। तारी तेनू सड़िया की मिलता गूगल तो? मासूम मासूम कुड़ियां दी फोटो प्रिंट करके। भाई ऐ जिया 5-7 फोटो प्रिंट करके जेब च पाईया हो ना, बंदे दा हौसला ही होर हुंदा है। डू वन थिंग, दो तीन मेरे लिए भी प्रिंट कर। ओके ओए आई लाइक हर, मेरा भी हौसला बुलंद होवे। एंड वन मोर थिंग, अपने लिए ना प्रिंट करी। ओके ओ शी इज माय पर्सनल रबीना टंडन। मार के रहा बटन ते हाथ। ओ तारी ना कोई भचाल ना कोई हड़, असले पिंड वाले किधर उजड़े जाते ने? उजड़े नहीं जाते पुत, तेरे जौन टंगण आउंदे ने। चलो
ਲੈ ਦੱਸ ਕਿਹੋ ਜਿਹਾ ਮੁੰਡਾ ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮਤਾ ਕਰਨੀ ਚਾਹੀਦੀ ਹੈ। ਕੀ ਹੋਇਆ? ਤੁਹਾਨੂੰ ਨੀ ਪਤਾ ਕੀ ਹੋਇਆ? ਭੈਣ ਜੀ ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣ ਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਲਾਹ ਟੈਂਕੀ ਤੋਂ ਇਹਨੂੰ ਸੁਖਣਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਦੂੰਗੀ। ਮੁੰਡੇ ਨੂੰ ਵਿਆਹ ਲਈ ਤਾਂ ਕੀ ਕਰਨਾ? ਬੜਾ ਘੱਟ ਹੋਇਆ। ਐਦਾਂ ਕਿੱਦਾਂ ਜਾਈਏ? ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਪਰਾਂ ਮਾਰ, ਕਮਾਲ ਹੈ। ਵਲਾ 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 ਬੇਬੇ, ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ। ਹਨਾ, ਕੀੜੀ ਵਾਲਾ ਨੀ, ਕੀੜੀਆਂ ਵਾਲਾ। ਸਮੇਤ ਸਰਪੰਚ ਸਾਹਿਬ, ਰੋਟੀ ਆਪਣੇ ਕਰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ, ਤੈਨੂੰ ਮਾਨੀ ਮਨ ਪ੍ਰੀਤਾ ਮਨੀ ਬੈਠੀ ਹੈ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਮੈਂ ਉੱਥੇ ਵਿਆਹ ਕਰਾਉਂ। ਵੇ ਨਿਹਾਲ, ਕਿਉਂ ਝੂਠ ਬੋਲੀ ਜਾਂਦਾ? ਮੈਨੂੰ ਸਭ ਪਤਾ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ, ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈਂ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ ਵੀ ਇਹ ਝੂਠ ਬੋਲਦਾ। ਲੈ ਮੈਂ ਕਿਉਂ ਝੂਠ ਬੋਲੂੰਗਾ, ਨਾਲੇ ਮੇਰਾ ਕਿਹੜਾ ਨੌਨ ਮੈਡੀਕਲ ਰੱਖਿਆ ਹੋਇਆ ਸੀਗਾ, ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨੇ ਸੈਟਿੰਗ ਕਰਨ ਦਾ। ਨਾਲੇ ਗੱਲ ਸੁਣੋ ਤੁਸੀਂ ਮੇਰੀ, ਸਾਰੇ ਜਣੇ ਬਾਹਰ ਨਿਕਲੋ, ਦਫਾ ਹੋ ਜਾਓ। ਮੇਰੀ ਬੇਬੇ ਸਾਹਮਣੇ ਆਲਤੂ ਫਾਲਤੂ ਬਕਵਾਸ ਨਹੀਂ ਕਰਨੀ ਹੈਗੀ। ਉਹ ਬਕਵਾਸ ਕਿਉਂ ਨਾ ਕਰੋ? ਹੈਗੀ ਐ ਤਾਂ ਦੱਸ ਫੇਰ। ਕੌਣ ਆ ਉਹ? ਨਾ ਕੀ ਕਰਦੀ ਹੈ? ਫਿਲਮਾਂ ਚ ਕੰਮ ਕਰਦੀ ਆ, ਰਾਣੀ ਮੁਖਰਜੀ ਆ। ਦੱਸ, ਰਾਣੀ ਮੁਖਰਜੀ ਨਾਲ ਤਾਂ ਯੋਗ ਹੀ ਬੰਦਾ, ਨਾ ਤੁਹਾਡੀਆਂ ਕੁੰਡਲੀਆਂ ਮਿਲਣ। ਉਹ ਬੰਗਾਲੋਂ, ਤੂੰ ਪੰਜਾਬੀ। ਸਾਲਿਓ, ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ। ਪਹਿਲਾਂ ਜਾਤਾਂ ਪਾਤਾਂ ਚ ਪਾ ਕੇ ਬੜਤਾ, ਹੁਣ ਸੂਬੇ ਨਹੀਂ ਇਕੱਠੇ ਹੋਣ ਦਿੰਦੇ। ਚੱਕਲਾ ਬੜਤ ਨੂੰ ਸੋਇਆ ਫਿਰਦਾ। ਖੜ, ਬਹੁਤੀਆਂ ਉਰਲੀਆਂ ਪਰਲੀਆਂ ਨਾ ਮਾਰ ਓਏ, ਸਿੱਧਾ ਹੋ ਕੇ ਮੇਰੀ ਭਾਣ ਜੀ ਨਾਲ ਵਿਆਹ ਕਰਾ ਲੈ। ਪੁੱਤਰ, ਜੇ ਕੋਈ ਕੁੜੀ ਨਹੀਂ ਹੈਗੀ ਤਾਂ ਤੂੰ ਝੂਠ ਕਿਉਂ ਬੋਲੀ ਜਾਂਦਾ? ਹੈ ਬੇਬੇ, ਹੈ। ਮੈਂ ਫੋਟੋ ਵੀ ਦਿਖਾਉਣਾ ਤੁਹਾਨੂੰ, ਇੱਕ ਮਿੰਟ ਕੱਢ ਦਿਓ, ਹੁਣ ਹੀ ਕੱਢ ਦਿੰਦੇ ਆਪਾਂ। ਹੈਲੋ, ਕਿਹਦੀ ਫੋਟੋ ਦਿਖਾਤੀ? ਕੈਨੇਡਾ ਵਾਲੇ ਦੀ ਹੈ ਮੈਨੂੰ ਤਾਂ ਲੱਗਦਾ। ਜੇ ਤੇਰੀ ਗੱਲਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ? ਆ ਜੜਾਉਣ ਨੂੰ ਦਿੱਤੀ ਸੀ। ਹਾਂ ਹਾਂ ਹਾਂ, ਮੇਰੀ ਸ਼੍ਰੀਮਤੀ ਸਤਿਕਾਰਯੋਗ ਭਾਬੀ ਦੀ ਫੋਟੋ ਹੈ, ਜੜਾਉਣੀ ਹੈ। ਲੈ ਫੋਟੋ ਦਾ ਕੀ ਹੈ? ਜਣਾ ਖਣਾ ਚੱਕੀ ਫਿਰਦਾ। ਤੈਨੂੰ ਬੜਾ ਹਿਸਾਬ ਹੈ ਤਾਈ, ਕਿੱਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ? ਮੈਂ ਤੈਨੂੰ ਕਹਿ ਰਿਹਾ ਨਿਹਾਲ, ਤੂੰ ਉਹਦੇ ਨਾਲ ਗੱਲ ਕਰਾ ਸਾਡੀ। ਕਹਿੰਦੇ ਜਾਣ ਦਾ ਆਪਰੇਸ਼ਨ ਹੋਇਆ। ਤੂੰ ਤਾਂ ਕਿਆ ਰਿਹਾ? ਕਰਾਉਂ ਕਰਾਉਂ ਤਾਈ, ਕਰਾਊਂਗਾ, ਤੇਰੀ ਤਾਂ ਕਦੇ ਲੰਮੀ ਗੱਲ ਕਰਾਊਂਗਾ। ਕਦੇ ਕਿਉਂ, ਹੁਣੇ ਕਰਾ ਨਾ। ਐ ਕਿਵੇਂ ਕਰਾ ਦਿਆ? ਕੈਨੇਡਾ ਚ ਰਹਿੰਦੀ ਆ, ਅਗਲੀ ਅੰਗਰੇਜ਼ੀ ਬੋਲਦੀ ਆ। ਬੋਲਦੀ ਕੀ ਆ? ਅੰਗਰੇਜ਼ੀ ਤਾਂ ਲਾ ਲਾ ਕੇ ਰੱਖਦੀ ਆ। ਆਉਂਦੀ ਆ ਕਿਸੇ ਨੂੰ ਅੰਗਰੇਜ਼ੀ? ਸਾਲੇ ਦੇਸੀ ਇਕੱਠੇ ਹੋਏ ਨੇ, ਦੇਸੀ ਡਿਪਾਰਟਮੈਂਟ। ਓਏ, ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ, ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ? ਪਿਆਰ ਕੀਤਾ ਕਦੇ ਵੀਰੇ? ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ, ਪਿਆਰ ਦੀ ਵੀ ਇੱਕ ਭਾਸ਼ਾ ਆਉਂਦੀ ਆ। ਇੱਥੋਂ ਕੀਤਾ ਜਾਂਦਾ ਪਿਆਰ, ਇੱਥੋਂ ਦਿਲੋਂ ਕੀਤਾ ਜਾਂਦਾ ਪਿਆਰ, ਜਜ਼ਬਾਤਾਂ ਦੇ ਨਾਲ। ਇਨਕਲਾਬ! ਜਜ਼ਬਾਤਾਂ ਤੇ ਕਾਬੂ ਰੱਖ ਤਾਰੀ। ਗੱਲ ਸੁਣੋ ਨਿਹਾਲ, ਓਏ ਸੁਣੋ ਏ ਮੁੰਡਿਆ, ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ। ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਈ, ਨਹੀਂ ਤਾਂ ਮੇਰੀ ਭਾਣ ਜੀ ਸਪਨਾ ਨਾਲ ਚੁੱਪ ਚਾਪ ਵਿਆਹ ਕਰਾਈ। ਔਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ। ਕਿਉਂ ਬਈ, ਠੀਕ ਹੈ ਨਾ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਯੂ ਕਾਕਾ, ਇੱਥੇ ਆਉਂਦੇ ਫਿਰ ਇਸ ਗੱਲ ਤੇ? ਚਲੋ 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 ਬਈ, ਚਲੋ ਦੇਖਦੇ ਆ ਕਿਵੇਂ ਨਿਕਲੂ ਆ ਜੇ। ਜਿਹੇ ਜੀ ਮਾਂ, ਉਹੋ ਜਿਹਾ ਪੁੱਤ, ਤੁਸੀਂ ਦੋਵੇਂ ਮਾਂ ਪੁੱਤਾਂ ਨੇ ਸਾਰੇ ਪਿੰਡ 'ਚ ਸਾਡੀ ਨੱਕ ਵੜਾ ਕੇ ਰੱਖਦੀ। ਸ਼ੁਕਰ ਹੈ ਬੇਬੇ ਸੁੱਤੀ ਪਈ ਆ, ਨਹੀਂ ਤਾਂ ਸਾਰੀ ਪੀਤੀ ਲੈ ਜਾਣੀ ਸੀ। ਨਿਹਾਲ। ਹਾਂਜੀ ਬੇਬੇ।
ਹੋਰ ਕੀ ਲੁਕੋਏਗਾ ਤੂੰ ਮੈਥੋਂ? ਬੇਬੇ ਤਾਰੀ ਦੇ ਰਿਸ਼ਤੇਦਾਰ ਆਏ ਸੀਗੇ, ਤਾਰੀ ਨੇ ਪੀਣੀ ਨੀ ਸੀ, ਮੈਨੂੰ ਸਾਰੇ ਧੱਕੇ ਨਾਲ ਬੁਲਾ ਦੀ। ਪੁੱਤ ਤੂੰ ਗੱਲ ਤੇ ਝੂਠ ਬੋਲਦਾ, ਕਿੰਨੇ ਝੂਠ ਬੋਲੇਗਾ ਮੇਰੇ ਕੋਲੇ? ਹੈ ਕੋਈ ਕੁੜੀ ਹੈ ਤੇਰੀ ਜ਼ਿੰਦਗੀ ਚ? ਸੱਚ ਦੱਸ ਦੇ ਪੁੱਤ। ਬੇਬੇ ਤੈਨੂੰ ਮੇਰੇ ਤੇ ਯਕੀਨ ਨੀ ਹੈਗਾ? ਨਹੀਂ ਹੈਗਾ। ਬੇਬੇ ਉਸ ਪੁੱਤ ਦੀ ਕੀ ਜ਼ਿੰਦਗੀ ਆ ਜਿਹਦੀ ਮਾਂ ਨੂੰ ਉਸ ਤੇ ਯਕੀਨ ਹੀ ਨੀ ਹੈਗਾ। ਮੈਂ ਕੱਲ ਨੂੰ ਜਾ ਕੇ ਕੁੜੀ ਲੈ ਕੇ ਆਊਂਗਾ, ਸਭ ਤੋਂ ਪਹਿਲਾਂ ਤੈਨੂੰ ਹੀ ਦਿਖਾਊਂਗਾ, ਪਿੰਡ ਵਾਲਿਆਂ ਨੂੰ ਤਾਂ ਸਾਲਿਆਂ ਨੂੰ ਬਾਅਦ ਚ ਦਿਖਾਊਂਗਾ। ਸਵੇਰੇ ਉੱਠ ਕੇ ਤੈਨੂੰ ਯਾਦ ਵੀ ਰਹੂਗਾ, ਨਹੀਂ ਤਾਂ ਪੂਰੇ ਪਿੰਡ ਵਾਲੇ ਮੈਨੂੰ ਤਾਨੇ ਮਾਰ ਮਾਰ ਕੇ ਮਾਰ ਦੇਣਗੇ। ਯਾਦ ਰਹੂਗਾ ਬੇਬੇ, ਤੂੰ ਪਲੀਜ਼ ਸੌ ਜਾ। ਰੱਖ ਸਿਰ ਤੇ ਹੱਥ। ਲੈ ਬੇਬੇ। ਆਪਦੇ ਨੀ ਮੇਰੇ। ਲੈ ਬੇਬੇ ਹੁਣ ਠੀਕ ਆ, ਬਸ ਖਾ ਸੌ ਕੇ ਕੱਲ ਨੂੰ ਕੁੜੀ ਨੂੰ ਲੈ ਕੇ ਆਏਗਾ। ਲੈ ਕੇ ਆਊਂਗਾ ਬੇਬੇ, ਤੂੰ ਸੌ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭ ਚਰਖੀਟ ਵਾਲੇ ਨਿਹਾਲ ਦੇ ਘਰ ਪਹੁੰਚਾਉਣ ਦੀ ਕਿਰਪਾਲਤਾ ਕਰਨ। ਉਹਨਾਂ ਦੀ ਮਾਤਾ ਸਾਰਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਝੂਠਾ ਨਹੀਂ, ਉਹ ਉਹਨਾਂ ਦੀ ਨੂੰਹ ਨੂੰ ਲੈਣ ਲਈ ਕੈਨੇਡਾ ਜਾ ਰਿਹਾ ਹੈ। ਭੈਣ ਜੀ ਨਿਹਾਲ ਕੁੜੀ ਜਰੂਰ ਲੈ ਕੇ ਆਊਗਾ, ਰਾਤੀ ਓਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਸੌ ਖਾਧੀ ਆ। ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਨਿਹਾਲ, ਵੇ ਆ ਗਈ ਤੈਨੂੰ ਜਾਗ, ਗੁੱਡ ਮਾਰਨਿੰਗ। ਪੁੱਤ ਮਾੜਾ ਜਿਹਾ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਬਣਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ। ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨਹੀਂ ਕਿਉਂ ਸੀਰੀਅਸਲੀ ਲੈ ਜਾਂਦੇ ਨੇ। ਨਿਹਾਲ ਪੁੱਤ ਤੂੰ ਚੁੱਪ ਕਿਉਂ ਆ, ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ। ਉਹ ਨਿਆਣੇ ਬੋਲਦਾ ਕੋਈ ਨਹੀਂ, ਬੋਲਦਾ ਸਹੀ ਬਣ ਗਿਆ। ਹਾਂ ਹਾਂ ਲੈ ਕੇ ਆਊਂਗਾ। ਸੁਣ ਲਿਆ ਸਾਰੇ ਪਿੰਡ ਨੇ, ਮੇਰਾ ਪੁੱਤ ਨੂੰ ਜਰੂਰ ਲੈ ਕੇ ਆਊਗਾ। ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਣਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਆਪਣੇ ਹੱਥੀ ਮਾਰ ਕੇ ਬੇਬੇ ਕਹਿੰਦੀ ਆ ਜਿਉਂਦਾ ਰਹਿ। ਤਾਰੀ ਕਿੱਥੇ ਆ ਤੂੰ ਸਾਲਿਆ? ਉਹ ਸਾਲਿਆ ਤੈਨੂੰ ਕੋਈ ਆਸੇ ਪਾਸੇ ਦੀ ਕੁੜੀ ਨੀ ਲੱਭੀ? ਸਾਲਿਆ ਜੇ ਆਸੇ ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ, ਪਿੰਡ ਵਾਲਿਆਂ ਨੇ ਮਾਰ ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ। ਹਮੇਸ਼ਾ ਦੂਰ ਦੂਰ ਦੀ ਸੋਚੋ। ਨਹੀਂ ਬੇਬੇ ਜੀ ਸੌ ਖਾਲੀ ਆ, ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਆਤਾ ਨਾ ਕੋਈ ਪਤਾ। ਹੁਣ ਇੱਥੇ ਬੈਠਾ ਚਬਲ ਮਾਰੀ ਜਾਂਦਾ ਵਾ, ਕੁੜੀ ਲੱਭ, ਕੁੜੀ ਜਸਨੀਤ। ਉਹ ਕਰਦਾ ਆ ਲੈ JASNEET ਜਸਨੀਤ। ਓਏ ਕੀ ਪਾ ਓਏ ਆ ਲੈ ਕਸਮਾ, ਇੱਕ ET ਇਹ ਆ ਲੈ। ਆ ਤਾਂ ਧੋਖਾ ਹੋ ਗਿਆ ਓਏ, ਸਾਰੀ ਸਰਦਾਰ ਨਿਕਲ ਜਾਂਦੇ ਨੇ। ਉਹ ਸਾਲਿਆ ਸਿੰਘ ਨੀ ਕੌਰ ਪਾ। ਆ ਲੈ KAUR ਆ ਲੈ। ਆ ਗਈ ਓਏ, ਨਿਕਲੇ ਤੇਰੀ ਭਰਜਾਈ, ਮੈਨੂੰ ਤਾਂ ਮੇਰੀ ਭਰਜਾਈ। ਸਟੇਟਸ ਸਿੰਗਲ ਜਸਨੀਤ ਕੌਰ, UBC ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ। ਮਿਲੀਨੀਅਰ? ਸਲਮ ਡੌਗ ਮਿਲੀਨੀਅਰ ਦੀ ਭਤੀਜੀ। ਅੱਛਾ। ਆਏ ਹਾਏ, ਬੰਬ ਪਟਾਕਾ, ਮੇਰਾ ਮਤਲਬ ਦੀਵਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ, ਲਿਖਿਆ ਹੋਇਆ ਅਗਲੀ ਨੇ। ਪਰ ਤਾਰੀ ਮੈਂ ਕੈਨੇਡਾ ਕਿਵੇਂ ਜਾਊਂਗਾ ਯਾਰ? ਸਮੁੰਦਰ ਚ ਟਿਊਬ ਸਿੱਟ ਕੇ ਸਾਲਿਆ 50 ਏਜੰਟ ਜਾਣਦੇ ਨੇ ਮੈਨੂੰ, ਉਹ ਕੀ ਰਗੜ ਕੇ ਗੋਡਿਆਂ ਤੇ ਲਾਉਣੇ ਨੇ? ਤੂੰ ਬਸ ਪੈਸਾ ਇਕੱਠਾ ਕਰ, 7.5 ਲੱਖ ਰੁਪਇਆ ਹੈਗਾ। ਪੈਸੇ ਤਾਂ 8 ਲੱਖ ਹੈਗੇ ਯਾਰ, ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ। ਫਿਰ ਜੌਂਡੀਅਰ ਤੇ ਚਲਾ ਜਾਈ। 10,000 ਸਾਲਿਆ, ਪੈਸੇ ਤਾਂ ਹੈ ਗਿਆ, ਫਿਰ ਚਲ ਜੂੰਗਾ। ਬਸ ਫਿਰ ਪੈਸਾ ਤੇ ਫੜਾ, ਨਾਲ ਦੀ ਨਾਲ ਸਮਝ ਲੈ ਜਹਾਜ਼ ਤੇ ਕੱਪੜਾ ਵੱਜ ਗਿਆ। ਜਸਨੀਤ ਕੌਰ ਨਿਹਾਲ ਸਿੰਘ ਆ ਰਿਹਾ। ਲਓ ਜੀ ਸਰਪੰਚ ਸਾਹਿਬ, ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰ ਲੈਣ। ਪਿੰਡ ਦੀ ਨੀ, ਮੇਰਾ ਮਤਲਬ ਘਰ ਦੀ ਨੂੰ ਨੂੰ ਘਰ ਦੀ ਨੂੰ ਲੈਣ ਮੇਰਾ ਮਤਲਬ। ਬੇ ਪੁੱਤ ਹਾਲੇ ਵੀ ਹੈਗਾ ਟਾਈਮ, ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਿਆਂ ਤੋਂ ਮਾਫੀ। ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ,
ਕਹਿਣਗੇ ਵੀ ਨਿਹਾਲ ਸਿਆਂ ਤੂੰ ਸੱਚਾ ਸੀ ਤੇ ਅਸੀਂ ਝੂਠੇ। ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਜ ਛੇ ਵੀ ਨਹੀਂ ਆਉਂਦੀ, ਕੁੜੀ ਕਿੱਥੋਂ ਆ ਜਾਊ? ਸ਼ੁਕਰ ਦਾ ਤਾਂ ਨੀਚੇ ਬੈਠਾ। ਸ਼ੁਕਰ ਬਿਠਾਵਾਂਗੀ ਥੱਲੇ, ਹੋਰ ਉੱਤੇ ਕਿਵੇਂ ਬਹਿਜੂ? ਪਰਸੋਂ ਆਏ ਸੋਫੇ ਤੇ ਕੱਪੜਾ ਚੜ੍ਹਿਆ, ਐਂ ਕਿਵੇਂ ਬਹਿਜੂਗਾ? ਐਂਡ ਯੂ ਮਿਸਟਰ ਅਨਮੋਲ ਸਿੰਘ, ਲਿਸਨ, ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ। ਨਾਲੇ ਤੂੰ ਉਹ ਪੜਤਾ, ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਹਰੇ ਲਾਇਆ ਨਾ ਜੱਟ ਨੇ, ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ। ਪੰਡ ਤੈਨੂੰ ਮੰਦਾ ਨਹੀਂ ਬੋਲੀ ਦਾ, ਇੱਥੇ ਹੀ ਭਸਮ ਹੋ ਜਾਏਗਾ। ਪੰਚਾਇਤ ਚੱਲ ਫੇੜੇ ਨਾ ਖਾਲੀ ਮੈਥੋਂ, ਚਲੋ ਤਾਰੀ ਚੱਲੀਏ, ਖੋਲ ਘੋੜੀ ਤੇ ਚੱਕ ਬਦੂਖ ਚੱਲੀ ਜਾਣੇ ਮੋੜ ਤਿਆਰੀ। ਅੱਡੀ ਝੜਦੇ ਜੱਟ ਨੇ ਮਾਰੀ, ਧਮਕ ਪੈਂਦੀ ਪੌੜ ਦੀ, ਉੜਗੀ ਵਿੱਚ ਹਵਾ ਦੇ ਯਾਰੋ, ਘੋੜੀ ਜਾਣੇ ਮੋੜ ਦੀ। ਨਿਹਾਲ ਸਿੰਘ ਜੀ, ਵੈਲਕਮ ਟੂ ਕੈਨੇਡਾ ਜੀ। ਓਏ ਹੋਏ, ਕਿੰਨੀ ਸਫਾਈ ਆ! ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ। ਬਈ ਭੀੜ ਵੀ ਬਹੁਤ ਹੈ, ਪਰ ਕਮਾਲ ਦੀ ਗੱਲ ਆ ਯਾਰ, ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ? ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ, ਉਹ ਲੱਭ ਜਾ ਮੇਰਿਆ ਪਟੋਲਿਆ। ਗੱਲ ਯਾਦ ਰੱਖਿਓ, ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ, ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ ਏਅਰਪੋਰਟ ਤੇ। ਪਰ ਉਸ ਟਾਈਮ ਮੈਂ ਇਕੱਲਾ ਨਹੀਂ, ਦੁਕੱਲਾ। ਦੁਕੱਲਾ ਮਤਲਬ ਦੋ ਜਣੇ ਹੋਵਾਂਗੇ ਅਸੀਂ। ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ, ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ, ਕਿਤੇ ਐਡਰੈਸ ਗਲਤ ਨਾ ਨਿਕਲ ਜੇ। ਬਈ ਆਹ ਕੌਣ ਪਟੋਲਾ ਜਾ ਤੁਰਿਆ ਫਿਰਦਾ? ਕਿਤੇ ਤਾਰੀ ਦੀ ਭੈਣ ਭੋਣ ਨਾ ਨਿਕਲਿਆ ਵੇ। ਚਲੋ ਗੱਲ ਕਰਕੇ ਦੇਖਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਢੀਂਡਸਾ ਸਾਹਿਬ ਦਾ ਘਰੇ ਹੀ ਆ ਜੀ? ਹਾਂਜੀ ਇਹੀ ਆ, ਪਰ ਤੁਸੀਂ ਕੌਣ? ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ, ਪਾਰਟੀ ਪ੍ਰੈਜ਼ੀਡੈਂਟ ਰਿਪੂ ਦਮਨ ਕਾਲਜ ਨਾਭਾ। ਕਮਾਲ ਦੀ ਗੱਲ, ਜਿਹੋ ਜਿਹੀ ਆਪ ਉਹੋ ਜਿਹੀ ਗੱਡੀ ਚੱਕੀ ਫਿਰਦੀ ਆ, ਸਟੇਅਰਿੰਗ ਪੁੱਠੇ ਪਾਸੇ ਲਵਾਇਆ, ਐਂ ਦੀ ਲੰਘ ਕੇ ਦਿਖਾਉਂਦੀ ਤਾਂ ਚਾਚੇ ਕਿੱਥੇ ਆ ਤੂੰ? ਗਰੋਸਰੀ ਸਟੋਰ, ਬਲਾ 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 ਬਲਾ, ਐਡਾ ਜਗਾੜ। ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ, ਸਾਲਾ ਕੰਮ ਕੰਮ ਕਰਦਾ ਹੋਣਾ ਇੱਥੇ। ਐਪਲ ਬੜੇ ਸਲੇ ਰਜਾਈਆਂ, ਚੱਲ ਭੇਟ ਲਪੇਟ ਰੱਖੇ ਆ। ਵਾਹ, ਨਿਕਲੋ ਜਨਾਬ ਰਜਾਈ ਚੋਂ। ਓ ਗੋਡ, ਇਹ ਤੇ ਇੱਥੇ ਵੀ ਆ ਗਿਆ। ਚੱਕ ਅੰਬਾ, ਤੂੰ ਵੀ ਲੁੱਟ ਰਜਾਈ ਦੀ ਮੌਜ, ਬੇਚਾਰਾ ਕਮਜ਼ੋਰ ਹੈ। ਲੱਗਦਾ ਨੀ ਮੰਮਾ ਪਾਪਾ ਨੇ ਨਾ ਮੇਰਾ ਪਤਾ ਕਰਾਉਣ ਲਈ ਭੇਜਿਆ ਹੋਣਾ। ਇਹ ਸਾਲੀ ਉਰੇ ਕੀ ਕਰ ਰਹੀ ਆ? ਓ ਮਾਈ ਗੋਡ, ਇਹ ਤੇ ਮੇਰੇ ਵਾਲੀ ਆ ਰਿਹਾ। ਓ ਮਾਈ ਗੋਡ, ਤੂੰ ਇੱਥੇ ਕੀ ਕਰਦਾ? ਇਹੀ ਤਾਂ ਮੈਂ ਪੁੱਛਦਾ ਵੀ ਤੂੰ ਇੱਥੇ ਕੀ ਕਰ ਰਹੀ ਆ? ਇਹ ਸਟੋਰ ਮੇਰਾ ਹੈ। ਅੱਛਾ ਜੀ, ਇਹ ਸਟੋਰ ਤਾਰੀ ਦੇ ਚਾਚੇ ਦਾ, ਢੀਂਡਸਾ ਸਾਹਿਬ ਦਾ? ਉਹ ਇਹ ਸਟੋਰ ਵੇਚ ਕੇ ਇੱਥੋਂ ਜਾ ਚੁੱਕੇ ਹੈ। ਓਏ, ਸ਼ਕਲ ਤਾਂ ਤੇਰੀ ਲੱਗਦੀ ਨਹੀਂ ਕੀ ਹੈ, ਟੁੱਟੀ ਜੀ ਕਾਰ ਰੱਖੀ ਆ, ਸੈਂਟਰ ਓਕੇ ਸਟੋਰ ਤੇਰਾ। ਤੂੰ ਮੇਰੀ ਕਾਰ ਤੋਂ ਕੀ ਲੈਣਾ? ਚੱਲ ਇੱਥੋਂ ਬਾਹਰ, ਤੇ ਆ ਕਿਤੇ ਪੁੱਛ ਕੇ ਚੱਕਿਆ। ਅੱਛਾ, ਬੜੇ ਅਮੀਰ ਦੇਖੇ ਜ਼ਿੰਦਗੀ ਚ, ਪਰ ਐਸਾ ਘਟੀਆ ਅਮੀਰ ਨਹੀਂ ਦੇਖਿਆ ਵੀ ਇੱਕ ਭੁੱਖੇ ਦੇ ਹੱਥੋਂ ਸਿਓ ਖੋਲਵੇ। ਮਾਤੜ ਨਾ ਜਾਣੀ ਮੈਨੂੰ, ਸਨ 82 ਦੇ ਵਿੱਚ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀਗੀ, 3600 ਫੋਟ ਖੜਾ ਕਰੇ, ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ, 60 ਕਿੱਲੇ ਆਪਦੇ ਨੇ, 18 ਠੇਕੇ ਤੇ ਨੇ, ਸੰਦ ਸਾਰੇ ਨੇ। ਹਾਂ, $632 ਲੈ ਕੇ ਆਇਆ ਸੀਗਾ, ਭਾਨ ਲੈਦਾ ਵਾ ਵਰਦੀ ਨੂੰ ਬਿਨਾਂ ਟੰਡਨ। ਲੋਕ ਕੋਈ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ, ਜੋ ਸਾਲਾ ਖੇਤਾਂ 'ਚ ਨਜ਼ਾਰਾ ਆਉਂਦਾ ਨਾ, ਉਹ ਨਜ਼ਾਰਾ ਹੀ ਲੈ ਵੀ ਤਾਰੀ ਸਿਆ ਹੋ ਲੈ ਢਿੱਲਾ ਕਰਾ। ਹਾਏ ਓਏ ਰੱਬਾ, ਸਾਲਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ। ਹੈਲੋ ਓ ਤਾਰੀ, ਆਹ ਕੀ ਕਰਤਾ ਤੂੰ? ਸਾਲਿਆ ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ।
ਉਹ ਐਡਰੈਸ ਜਮਾ ਸਹੀ ਹੈ ਯਾਰ ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ ਤੂੰ ਸਟੋਰ ਤੇ ਨਹੀਂ ਕਿਹੜਾ ਮਾਰਿਆ ਹੋਏ ਉਹ ਸਟੋਰ ਤੇ ਵੀ ਜਾ ਕੇ ਆਇਆ ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ ਕਮਾਲ ਕਰਦਾ ਯਾਰ ਤੂੰ ਤੂੰ ਤਾਂ ਕੀਤੀ ਕਰਾਈ ਖੂਹ ਚ ਪਾਈ ਜਾਂਦਾ ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ ਉਹ ਰਹਿਣ ਦੇ ਸਾਲਿਆ ਖੜਿਆ ਕਿੱਥੇ ਆ ਤੂੰ ਪੰਗਾ ਬਾਅਦ ਚ ਪੈਂਦਾ ਸੀ ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ ਉਹ ਤਾਂ ਕਈ ਬੰਦੇ ਦਾ ਪ੍ਰੈਸ਼ਰ ਬਣਾਉਂਦਾ ਬਸ ਸਮਝਦਾ ਹੁੰਦਾ ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੂੰ ਐਂ ਕਰ ਨੇੜੇ ਤੇੜੇ ਗੁਰਦੁਆਰਾ ਦੇਖ ਉੱਥੇ ਜਾ ਵੜ ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ ਉਹਦਾ ਰੱਬ ਹੁੰਦਾ ਗੋਰਿਆਂ ਦਾ ਗੁਰਦੁਆਰਾ ਚੱਲੂ ਬਾਬਾ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸੇ ਹੋ ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਅਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ ਬਾਬਾ ਜੀ ਤੁਹਾਨੂੰ ਸੱਚ ਬੋਲਦਾ ਦੇਖੋ ਥੋਤੋਂ ਕਾਹਦਾ ਲੁਕੋ ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ ਬਸ ਕੈਨੇਡਾ 'ਚ ਪ੍ਰੋਬਲਮ ਆ ਜੀ ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲ ਫੀਅਟ ਕਾਰ ਹੁੰਦੀ ਸੀ 3600 ਘਰੇ ਖੜਾ ਜੀ ਜੌਨ ਡੀਅਰਲੈਂਡ ਦੀਆਂ ਸਲਾਹਾਂ ਬਣਦੀਆਂ 60 ਕਿੱਲੇ ਪੈਲੀ ਆ ਜੀ 18 ਕਿੱਲੇ ਤਾਂ ਐਤਕੀ ਠੇਕੇ 'ਤੇ ਲਏ ਨੇ ਪਰ ਬਾਬਾ ਜੀ ਦੇਖੋ ਸੋਚਣ ਵਾਲੀ ਗੱਲ ਤਾਂ ਇਹੀ ਹੈ ਨਾ ਜੀ ਹੁਣ ਬੇਬੇ ਇਕੱਲੀ ਥੋਨਾ ਪਾਊਗੀ ਉਹਨੂੰ ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ ਸਾਰੇ ਦਾ ਸਾਰਾ ਕੰਮ ਸੂਤ ਆਜੂ ਬਾਬਾ ਜੀ ਬਸ ਐਤਕੀ ਬਚਾ ਲਓ ਮਿਹਰਬਾਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ ਬਾਬਾ ਜੀ ਭੁੱਖ ਬਹੁਤ ਲੱਗੀ ਆ ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ ਇੱਕ ਪੁੜੀ ਭੁੱਕੀ ਦੀ ਸੀਗੀ ਜੀ ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ ਮੈਂ ਤਾਂ ਜੀ ਬਸ ਬੁਰੇ ਹਾਲ ਨੇ ਤੂੰ ਤੂੰ ਇੱਥੇ ਕਰਦੀ ਆ ਹੁਣ ਕਿਤੇ ਇਹ ਨਾ ਕਹਿ ਜੀ ਵੀ ਢੀਡਸਾ ਸਾਹਿਬ ਤੈਨੂੰ ਆਹ ਜਗ੍ਹਾ ਵੀ ਵੇਚ ਕੇ ਓਏ ਸਿਰ ਨੰਗਾ ਪੈਰਾਂ 'ਚ ਜੁੱਤੀ ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ ਤੇਰਾ ਦਿਮਾਗ ਠੀਕ ਹੈ ਓਕੇ ਇਹ ਚਰਚ ਹੈ ਇੱਥੇ ਇਦਾਂ ਹੀ ਹੁੰਦਾ ਹੈ ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ ਸਾਡੇ ਮਾਂ ਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ ਓਕੇ ਆਈ ਐਮ ਸੌਰੀ ਮੇਰੇ ਤੋਂ ਗਲਤੀ ਹੋ ਗਈ ਨਾ ਤੇਰੇ ਤੋਂ ਗਲਤੀ ਨਹੀਂ ਹੁੰਦੀ ਮੇਰੇ ਤੋਂ ਗਲਤੀ ਹਾਂ ਮੇਰੇ ਤੋਂ ਗਲਤੀ ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ ਗਲਤੀ ਹੋਈ ਆ ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ ਹਾਂ ਹਾਂ ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡੇ ਆ ਗਿਆ ਆਹ ਦੇਖ ਲੈ ਸਵੇਰ ਦਾ ਚਾਚੇ ਲੱਭਦਾ ਫਿਰਦਾ ਵਾਂ ਕਿੱਥੇ ਆ ਢੀਂਡਸਾ ਸਾਹਿਬ ਕਿੱਥੇ ਆ ਢੀਂਡਸਾ ਸਾਹਿਬ ਹੈਗੇ ਨੇ ਢੀਂਡਸਾ ਸਾਹਿਬ ਹੈ ਹੈਗੇ ਨੇ ਪਹਿਲਾਂ ਇਹ ਦੱਸ ਕੌਫੀ ਪੀਏਂਗਾ ਕਿਹਦੇ ਨਾਲ ਮੇਰੇ ਨਾਲ ਕੁੜੀ ਨਾਲ ਕੌਫੀ ਹਾਂ ਬਈ ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ ਸਲਿਊਟ ਆ ਬਾਬਾ ਜੀ ਲਵ ਯੂ ਕਮਾਲ ਹੈ ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ ਓਏ ਜੀ ਤਾਂ ਮੈਂ ਫੋਟੋ ਦੇਖ ਕੇ ਆ ਜੀ 2-3 ਕੁੜੀਆਂ ਪਿੱਛੇ ਤਾਂ ਮੈਂ ਐਂ ਚਲੇ ਗਿਆ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਤਾਂ ਬਾਹਲੀ ਓ ਕੁਆਟਰ ਕੁੜੀ ਹੈ ਹੈਲੋ ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ ਸਮਝ ਆਈ 2 ਮਹੀਨੇ ਕੀ 2 ਜਨਮ ਵੀ ਉਹਦੇ ਪਿੱਛੇ ਲਾ ਦੇ ਨਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ ਨਹੀਂ ਤਾਂ ਮੈਂ ਮਾਤੜਾ ਆ 87 ਚ ਮੇਰੇ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀ ਦੱਸਿਆ ਸੀ ਮੈਨੂੰ ਨਾ ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ 'ਚ ਮਾਰਨਾ ਤੈਨੂੰ ਇੱਕ ਗੱਲ ਦੱਸਾਂ ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ ਉਹ ਢੀਂਡਸਾ ਅੰਕਲ ਦਾ ਹੀ ਹੈ ਹਾਂ ਤੇ ਉਹ ਜਿਹੜਾ ਗ੍ਰੋਸਰੀ ਸਟੋਰ ਹੈ ਨਾ ਉਹ ਵੀ ਢੀਂਡਸਾ ਅੰਕਲ ਦਾ ਹੀ ਹੈ ਤੂੰ ਝੂਠ ਕਿਉਂ ਬੋਲਿਆ ਮੈਨੂੰ ਐਕਚੁਅਲੀ ਮੈਂ ਵੀ 90 ਤੋਂ ਹੀ ਹਾਂ 90 ਤੋਂ ਤੂੰ ਹਾਂ ਉਹ ਸਹੀ ਬਲਾਗੀ ਹਾਂ ਇੱਕ ਮਿੰਟ ਗੱਲ ਤਾਂ ਸੁਣ ਲਾ ਪਰ ਨਾ 90 ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ ਅੱਛਾ ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ ਇੰਟਰਨੈਟ ਤੇ ਫੇਰ ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ 1 ਨੰਬਰ ਦਾ ਧੋਖੇਬਾਜ਼ ਹੈ ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਤਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ ਮੈਨੂੰ ਦੱਸ ਸਾਲਾ ਕਿੱਥੇ ਨਾ ਹਸਣਾ ਭਾਂਦੀ ਮੈਂ ਸਾਲੇ ਦੀਆਂ ਮੈਨੂੰ ਕੀ ਪਤਾ ਕਿੱਥੇ ਹੈ ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ ਉਹਨਾਂ ਦੇ ਜਵਾਈ ਦੇ ਨਾਲ ਪਰ ਮੈਂ ਹੀ ਹਾਂ
हमेशा टालदी रहनी आ। इसे करके मैं डर गई सी जब तू कहया ना कि तू नब्बे तो है। मैनूं लग्या कि शायद मम्मा पापा ने तैनूं मेरे पिछे भेजिया मेरी जासूसी करन वास्ते। चल हुण मैनूं ठंड च मारेंगी जां और ढेंडसा साहब नूं भी मिलाएंगी। उत्थे भी एक पंगा है ना, प्यो मानदा ते पुत नहीं मानदा, जे पुत मानदा ते प्यो नहीं मानदा। निहाल सिंह तां सारे पिंड नूं मनाई फिरदा, इहदा बंदे ही दो ने। चल डैड प्लीज तुसीं मेरी गल मन्नो प्लीज। ओ नहीं, मैं अपना ग्रोसरी स्टोर बंद नहीं कर सकता। ओए अकल नू हाथ मार, खोते अकल नू हाथ मार, असूल दी गल कर। मैं अपना ग्रोसरी स्टोर किवें बंद करदा वा, खोते दा पुत ना होवे ता। ओ गॉड डैड, बंद करन दी कौन गल करदा, तुसी मेरी गल्लां नू अंडरस्टैंड नहीं करदे। मैं तो सिर्फ तुहानू यही कहना कि ओदी जगह आपां क्लब खोलांगे जिथे डांस होगा। तेरा मतलब है खोतिया, मैं अपना 25 साल पुराना स्टोर बंद करके शकीला की तरह कच्छा पाके उठे डांस करा? ओ गॉड डैड, मैं थोड़ी गल थोड़ी करदा, तुसी थोड़ी डांस वेंस करना है। डैड जरा सोच, अपने टिंडसा ग्रोसरी स्टोर। टिंडसा नहीं, टिंडसा टिंडसा, ओ बोलना तो सीख ले। ओ डैड जरा सोच, अपने ग्रोसरी स्टोर दी जगह डी क्लब होगा। हैं, लिमोजिन विचों तुसी उतरोंगे, चारों पासे टीवी रिपोर्टर होंगे, सोनी सोनी कुड़ियां आले दुआले डांस करेंगियां। कुड़ियां दी मम्मियां भी होंगियां। ओह गॉड डैड, मम्मी डैडी थोड़ी आंदे आ, पेरेंट्स आर नॉट अलाउड डैड। नहीं पर गल्ले ते तो मैं ही बैठूंगा ना। ओ डैड गल्ला भी नहीं हुंदा। फिर मैं क्लब खोल के की करना जदों उत्थे मेरा कोई काम ही नहीं है, नाले साडे कल्चर दे खिलाफ है। असूल दी गल कर तू। निहाल, मैनू लगदा कि आपां गलत टाइम ते आ गए। ओ निहाल, ले भी कदे कोई टाइम गलत जा ठीक होया? पुरानियां चीजां नूं सांभ के रखण नूं ही कल्चर कहंदे ऐ। कल नूं तू बुढ़े मां बाप नूं कहेंगा भई पुराने पै गए, इहनां नूं बाहर सिट दो, इह है कल्चर तुहाडा? लानत इह जे कल्चर दे उत्ते। बिलकुल सही गल आ चाचा जी। अपने वक्त बैठा। ओए जे आपां आपदियां जड़ां भुल के तां आपां थल्ले नहीं डिगांगे। बिलकुल असूल दी गल कीती है। यही कल्चर है गोरियां दा, अपने बच्चों नूं पूरी फ्रीडम देंदे। ये भी गल आ। देखो जी, एक गल तां मन्नणे वाली आ, गोरे घट्टो घट्ट अपने बच्चों नूं कुकड़ियां वांग ताड़ के नहीं रख देंगे। नहीं पर जे पतंग दी डोरी कट गई फिर तां जमीन ते डिगूगी। वाह चाचा जी वाह, क्या बात है चाचा जी। आए हाए, धन भाग मेरे के मैनूं एडी महान शख्सियत दे घरे रहण दा मौका मिलिया। चाचा जी ग्रेट हो तुसीं, ग्रेट। पर मुंडे इन्ना ग्रेट भी नहीं है मैं, बस जी सद के तेरा अपना घर है, तू रह सकदा है। एक मिनट भड़ी। हाँ जी। मैं तेनू पछाणिया नहीं, तू है कौन? मैनू नहीं पछाणिया चाचा जी, कमाल दी गल्ल आ। मैं थोड़ा अपना निहाल चाचा जी, छोटा निहाल। केड़ा निहाल? ओ चाचा जी पिंडो नाभे तो तारी दा दोस्त निहाल सिंह घरिया। तारी ता नहीं आया किते? ओनू किने बीजा देना जी कनेडे दा, तारी किते, मैं कल्ला ही आया। बड़ा करैक्टरलेस जा मुंडा है ओ। जमा ही तोड़ते जी। हाँ गया ही नहीं का तोड़ते, देखो बिल्कुल ही नहीं गया है। किथे तारी किथे तुसी, क्या ग्रेट पर्सनैलिटी जी। चाचा जी स्वाद आ गया, सिरा लग गया। बेटा तू अज तो इत्थे रहे जी, अज तो ये मेरा पति साडे घर दे विच साडे नाल ही रहूगा। तेरी बिल्कुल दखल अंदाजी नहीं होनी चाहिए। सॉरी चाचा जी, आ मेरा रूम किथे जी? अपना उपर चढ़ के ना खब्बे हाथ नू दूजा कमरा। थैंक यू चाचा जी, चाह ते मिल गया। सुनिया तू, हुण ख्याल रखे। मैडम जी, बेबे ने निहाल ना ऐ नहीं सी रखिया, जिथे जाईदा जानता निहाल कर दे दिया। मिलदे आ जी। ओ नहीं। कमाल दी गल्ल आ निहाल सिया, मैं अपने दुखड़े सुनाउना, जेड़ा सुनदा ओ पतंदर हसण लग जांदा। ओ सच्ची स्वाद आ गया सा। कीती है जट्टा वाली गल। पंगा पया कबरिया कुबरिया नहीं, एक्शन लिता एक्शन। एक्शन तो ले लिया, पर की हुण ए सोचिया कि अगे की करना है? कुड़िए इह जे कम दे विच अगे पिछे नहीं देखीदा हुंदा, ए बिना सोचे इत्थे आया, हुण बिना सोचे अगे तुरू। ओ पर चाचा जी, मेरी घट्टो घट्टे कुड़ी नाल फोटो तक खिचा दो। ओ पिंडता ताई ने मेरी बेबे दा गल्लां सुणा सुणा ब्लड प्रेशर वधाया पिया होणा, उहनां नूं पता तां लग जे भी निहाल कनेडे पहुंच गया। ठीक है चलो फिर फोटो खिचाइए। डैड फोटो करन दी गल छड्डो, पहला तुसी मैनूं ए दसो तुहानूं पता वी है ओह रहिंदी कित्थे? ओ मूर्खा, सारी दुनिया नूं पता है ओह कित्थे रहिंदी है, कदे अखबार भी पढ़ लिया कर। शहर दी सब तो अमीर फैमिली नूं बिलोंग करदी है ओह। चाचा जी जिंदगी च पहली बारी किसे कुड़ी दी वेट कर रहे हैं, साला ओपरा ओपरा जा फील हो रहा, पता नहीं कदों आऊगी। It's the sunshine in the moonlight, feeling all
ਚਾਚਾ ਇਹ ਸਾਲੀ ਵਾਲੀ ਕੈਮਾ ਸਿਰਾ ਹੀ ਲਾਈ ਜਾਂਦੀ ਆ, ਫੋਟੋ ਵੀ ਟਪਾ ਦਈਏ ਨੇ ਤਾਂ। ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ, ਜਿਹਦੇ ਵਿੱਚ ਚੱਕਰੀਆਂ, ਅਨਾਰ, ਫੁੱਲਝੜੀਆਂ, ਬੰਬ, ਗੋਲੇ, ਉਹ ਪਟਾਕਾ ਹੈ। ਓਏ ਹੋਏ ਹੋਏ, ਸਾਉਣ ਦਾ ਮਹੀਨਾ ਹੋਵੇ, ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ, ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ, ਸਵਾਦ ਹੀ ਆ ਜਾਵੇ। ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਣ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ ਅਭੀ ਤਾਂ ਸਲਾਹਾਂ ਹੀ ਬਣਦੀਆਂ ਨੇ, ਪਰ ਆਹ ਸਾਲੇ ਕਾਲੇ ਪੀਣੇ ਹੀ ਕੌਣ ਨੇ ਚਾਚਾ ਜੀ? ਇਹਦਾ ਪਾਪਾ ਐਮ ਪੀ ਯੂ ਪੀ ਆ। ਉਹ ਯਾਰ ਛੱਡ ਐਮ ਪੀ ਯੂ ਪੀ ਨੂੰ, ਆਪਾਂ ਇਹਦੇ ਨਾਲ ਫੋਟੋ ਖਿਚਾਈਏ, ਚੱਲ ਬੈਠ ਗੱਡੀ 'ਚ। ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਅੱਗੇ ਵੜ ਕੇ ਫੁਹਾਰਾ ਜੀ? ਫੁਹਾਰਾ ਫੁਵਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦੇਖਦੀ ਨਹੀਂ ਜੀ। ਉਹ ਵੀ ਦੇਖ ਜਾਓ ਕਿਤੇ ਨਾ ਕਿਤੇ। ਆਹੋ ਖੜੀ ਆ ਸਾਹਮਣੇ, ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ। ਹਾਂ ਤੂੰ ਘਬਰਾ ਨਾ। ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਹੈ ਨਾ, ਮੰਨ ਜਾਏਗੀ ਤੂੰ ਵੀ? ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ। ਅੰਕਲ ਫੋਟੋ ਖਿੱਚੋ। ਬੇਟਾ ਖਿੱਚ ਰਿਹਾ, ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ। ਆ ਦੇਖੀ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ। ਖਿੱਚਦੇ ਖਿੱਚਦੇ ਖਿੱਚਦੇ। ਸਤਿ ਸ਼੍ਰੀ ਅਕਾਲ ਜੀ। ਜਵਾਨੀ ਦਾ ਧਰਮਿੰਦਰ ਹੋਵੇ, ਮੰਨਦਾ ਹੁਣ ਆਪਣੇ ਚਾਚੇ ਨੂੰ? ਕੁੜੀ ਕਿੱਥੇ ਆ? ਓਹੋ ਤੂੰ ਟੈਨਸ਼ਨ ਕਿਉਂ ਲੈਂਦਾ, ਤੇਰੀ ਫੋਟੋ ਖਿੱਚੀ ਜਾਣੀ ਹੈ। ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ। ਓਹੋ ਕੁੜੀ ਵੀ ਲੱਭ ਜੂਗੀ। ਉਹ ਖੜੀ ਆ ਤੇਰੀ ਰਵੀਨਾ ਟੰਡਨ। ਗੈਟ ਕਾਰਡ ਪਲੀਜ਼। ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ, ਤਾਂ ਤਾਂ ਹੋ ਜਿਵੇਂ ਪਿੰਡ 'ਚ ਉਹ ਹੋ ਜੂ ਤਾਂ ਤਾਂ ਨੇ। ਹੁਣ ਤੂੰ ਜਾ। ਵਾਟ ਆਰ ਯੂ ਸੇਇੰਗ? ਥੈਂਕ ਗੋਡ ਫॉर दैट। ਨੋ ਜੋ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ। ਵਨ ਸੈਕ। ਅਜੇ ਨਾ ਕਰੀ, ਅਜੇ ਨਾ ਕਰੀ, ਠਹਿਰ ਥੋੜਾ ਜਾ। ਯਾ ਲਾਈਕ ਦੈਟ। ਮੈਂ ਕਹਾਂਗਾ 1 2 3। ਓ ਡੈਮ, ਆਈ ਮਿਸਡ ਹਰ। ਹਲੇ ਮੈਂ ਤੈਨੂੰ ਕਿਹਾ ਨਹੀਂ, ਤੂੰ ਪਹਿਲਾਂ ਹੀ ਕੋੜਾ ਦੱਬਤਾ। ਬਣ ਗਈ ਵੱਡੀ ਫੋਟੋਗ੍ਰਾਫਰ। ਦਿਖਾਈ ਦਿਖਾਈ, ਬਹੁਤ ਸੋਹਣੀ, ਬਹੁਤ ਸੋਹਣੀ। ਦੇਖ ਲੈ ਦੇਖ ਲੈ। ਆ ਕੀ ਸੋਹਣੀ ਹੈ। ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ, ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ। $8 ਲੱਗ ਜੂ। ਮੈਂ ਨਾ 2 ਨਿੰਬੂ ਲੈ ਲਏ, ਆਪਾਂ ਘਰ ਜਾ ਕੇ ਸ਼ਿਕੰਜ ਵੀ ਪੀਵਾਂਗੇ। ਮੈਨੂੰ ਮਾਫ ਕਰੋ, ਮੇਰੇ ਜੋੜੇ ਹੱਥ, ਮੇਰੀ ਇੱਕ ਹੈਲਪ ਕਰੋਗੇ ਤੁਸੀਂ? ਕੀ? ਮੇਰੀ ਕੋਈ ਹੈਲਪ ਨਾ ਕਰਿਓ। ਹਾਂ ਮੈਂ ਤਾਂ ਸਟੈਂਡ ਲਿਆ ਹੀ ਆ ਹੁਣ। ਸਲੋ ਡਾਊਨ ਡੈਡ। ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ।
ਤਾਰੀ ਨੇ ਸੜੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ। ਬੇਬੇ ਤੈਨੂੰ ਕੱਚ ਦੇ ਸਮਾਨ ਅੱਗੋਂ ਰੱਖੂਗੀ ਸਾਂਭ ਸਾਂਭ ਕੇ। ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ, ਬਸ ਦੇਖੀ ਜਾਵਾਂ। ਯੂ ਕਾਫੀ ਹਾਂ, ਥੈਂਕਸ। ਲੱਗਦਾ ਐ ਨਹੀਂ ਬਣਨੀ ਗੱਲ, ਜਗਾੜ ਤਾਂ ਲਾਉਣਾ ਹੀ ਪੈਣਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਯਾਰ ਆਹ ਕੀ ਕੀਤਾ, ਆਵਾਜ਼ ਵੀ ਨਹੀਂ ਆਈ। ਦੱਸਦਾ ਜੀ ਆ, ਸੇਵਾ ਕਿੱਥੇ? ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ। ਹੋਰ ਇੰਨਾ ਟੰਡਾ ਚੱਲੀ ਓਏ। ਉਹ ਮੈਡਮ ਉਹ ਨਿਕਲ ਗਏ ਜੀ, ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਫੜੇ ਨਹੀਂ ਗਏ ਜੀ। ਪਰ ਐਕਸਕਿਊਜ਼ ਮੀ, ਹੂ ਆਰ ਯੂ? ਮਾਈਂਡ ਯੂਰ ਓਨ ਬਿਜ਼ਨਸ, ਆਲਰਾਈਟ? ਟਾਕਿੰਗ ਟੂ ਹਰ ਯਾਰ। ਮੈਡਮ ਵੈਰੀ ਗੁੱਡ ਇੰਗਲਿਸ਼ ਜੀ, ਬਟ ਮਾਈ ਸੈਲਫ ਨਿਹਾਲ ਸਿੰਘ ਰਿਆਲ ਜੀ, ਪਾਰਟੀ ਪ੍ਰੈਜ਼ੀਡੈਂਟ ਰਪਦਮਣ ਕਾਲਜ ਨਾਭਾ। ਆਲਰਾਈਟ, ਹੂਐਵਰ ਯੂ ਆਰ, ਤੁਸੀਂ ਜੋ ਵੀ ਹੋਗੇ ਇੱਥੇ ਸੀਨ ਨਾ ਕ੍ਰੀਏਟ ਕਰੋ ਪਲੀਜ਼। ਪਰ ਮੈਂ ਤੁਹਾਡੇ ਲਈ ਜੀ ਉਹ, ਪਰ ਮੈਡਮ ਮੇਰੀ ਗੱਲ ਤਾਂ ਸੁਣ। ਹੈਲੋ, ਤੂੰ ਆਈ ਕਦੇ ਨਾ ਪੇ ਠੋਲੇ ਮਾਰ ਮਾਰ ਪੋਪੜ ਪਹਾੜ ਨੂੰ ਸਲਦਾ। ਟਾਟਾ, ਹੁਣ ਪੈਰ ਮਿੱਧ ਦੋ ਗਰੀਬ ਦਾ। ਚਾਚਾ ਜੀ ਆਪਣੇ ਆਪ ਨੂੰ ਸਮਝਦੇ ਕੀ ਆ? ਭੈਣ ਫੁਖਰੀ ਸਾਲੀ, ਕਿਵੇਂ ਕਾਟ ਕਰ ਕੁੱਤੀ ਸਾਲੀ। ਸਵਾਦ ਆ ਗਿਆ ਗੱਲ ਦਾ, ਤਾਂ ਸੱਚੀ ਸਵਾਦ ਆ ਗਿਆ। ਕਿਹੜਾ ਪੰਜਾਬ ਦਾ ਚੇਤਾ ਕਰਾ ਦਿੱਤਾ ਤੂੰ, ਇੱਕ ਵਾਰ ਫਿਰ ਗਾਲ ਕੱਢ। ਚਾਚਾ ਜੀ ਮੈਂ ਕਹੀ ਜਾਂਦਾ ਮੇਰੀ ਸਾਲੀ ਬੇਇੱਜ਼ਤੀ ਹੋ ਗਈ, ਭੈਣ ਫੁਖਰੀ ਸਾਲੀ। ਮਜ਼ਾ ਆ ਗਿਆ, ਮਜ਼ਾ ਆ ਗਿਆ। ਇਹ ਹੁੰਦੀ ਆ ਗਾਲ, ਇੱਥੇ ਤਾਂ ਗਾਲ ਕੱਢ ਲੂਗੇ ਮੂੰਹ ਵਿੱਚ ਕੇ। ਸਟੂਪਿਡ ਇਡੀਅਟ, ਗੱਲ ਉਹ ਹੁੰਦੀ ਹੈ ਜੇ ਮੱਝ ਨੂੰ ਕੱਢੀ ਜਾਏ ਨਾ ਸਾਰੇ ਦੋ ਦਿਨ ਦੁੱਧ ਨਾ ਦੇਵੇ, ਫਿਰ ਗੱਲ ਦਾ ਸਵਾਦ ਹੈ। ਕੱਢ ਇੱਕ ਵਾਰੀ ਫਿਰ। ਮੈਂ ਕਹੀ ਜਾਂਦਾ ਮੇਰੀ ਬੇਇੱਜ਼ਤੀ ਹੋ ਗਈ, ਭੈਣ ਚਾਰ ਬੰਦੇ ਸਲ ਕੇ ਦੀ। ਹੂ ਆਰ ਯੂ ਯਾਰ? ਫਿਰ ਕੀ ਹੋ ਗਿਆ ਜੇ ਕਹਿਤਾ ਹੂ ਆਰ ਯੂ? ਪਹਿਲਾਂ ਕਦੇ ਨੀ ਕਿਸੇ ਨੇ ਤੈਨੂੰ ਕਿਹਾ ਹੂ ਆਰ ਯੂ? ਮੈਨੂੰ ਹਾਂ
रामगढ़ वाली रिंपी ने कहा सी। दस दे की कहा सी रामगढ़ वाली ने। चाचा दारू पी के मैं ठरकी जा हो जाना तू। मैं कल्ला थोड़ी हो जाता है, सारी दुनिया दारू पी के ठरकी हो जाती है। सुना की के हंसी ने बस एवं चाचा मेनू साली कहती हु आर यू। हाँ। बस जट ने चलाया जादू भर। हाँ। दो चार दिन मगरों जट ने जिंद मारती फिरती सी। एवं पीती खाती जी चाचा फोन ला लिया मैं। हाँ। वो जो नंबर पता नहीं साला 98154705 सी, पता नहीं साला 92034 सी। चल कोई नहीं तू कर। हाँ। की कहंदे चाचा बैल बजदी है हले गल। अच्छा हेलो रिंपी मैं बोलदा। की कहंदे चाचा गल कर दे पहला। की कहंदे दस रे पिंड मासी दे गई। वन टू थ्री। ओ मैं क्या किथे आ पिंड मासी दे गई सी। की करदी सी कहती भाभी ना वही सी। ओ मैं क्या किथे आ पिंड मासी दे गई। ਸਸਰੀਕਾਲ ਬੇਬੇ। ਸਸਰੀਕਾਲ ਪੁੱਤ। ਸਸਰੀਕਾਲ। ਕਿਉਂ ਨੋ ਕੋਲੇ ਜਾ ਕੇ ਬੇਬੇ ਨੂੰ ਭੁੱਲ ਗਿਆ? ਕਿੱਦਾਂ ਦੀਆਂ ਗੱਲਾਂ ਕਰਦੇ ਆ ਬੇਬੇ? ਕਿੱਥੇ ਆ ਪੁੱਤ ਨੋ ਰਾਣੀ ਸਾਡੀ? ਮੇਰੇ ਨਾਲ ਮਤਲਬ ਮੈਨੂੰ ਡਾਊਨ ਟਾਊਨ ਘੁਮਾਉਣ ਲਿਆਈ ਆ। ਕਿੱਥੇ? ਡਾਊਨ ਟਾਊਨ ਸ਼ਹਿਰ ਹੁੰਦਾ ਬੇਬੇ, ਸ਼ਹਿਰ। ਹਾਂ ਉਹ ਬੇਬੇ ਬਸ ਮੈਂ ਤਾਂ ਸਕੂਟਰ ਵਾਂਗੂ ਭਜਾਈ ਫਿਰਦੀ ਆ, ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ, ਬਸ ਗੱਲਾਂ ਹੀ ਛੱਡਦੇ, ਚਾਰੇ ਪਾਸੇ ਜੀਜਾ ਜੀ ਹੁੰਦੀ ਆ। ਅੱਜ ਤਾਂ ਸੇਵੀਆਂ ਖੜਾਈਆਂ ਮੈਨੂੰ, ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ। ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ? ਮੇਰਾ ਹੀ ਝੂਠ, ਭਲਾ ਕਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ। ਕਹਿ ਤਾਂ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ। ਆ ਲੈ ਤੇਰੀ ਤਾਈ ਗੱਲ ਕਰਨਾ ਚਾਹੁੰਦੀ ਆ ਨੂੰਹ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ, ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ, ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਨੇ। ਫੱਫੇ ਕੁੱਟਣੀ ਤਾਈ, ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਵੀ ਜੀ ਕਰਦਾ, ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ ਤੂੰ, ਜੀ ਸਦ ਕੇ ਗੱਲ ਕਰ। ਪਰ ਉਹ ਆਪਣੇ ਹੈਲੋ ਬੇਬੇ। ਹੈਲੋ ਹੈਲੋ ਨਿਹਾਲ। ਹੈਲੋ। ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ, ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ।
हेलो निहाल। हेलो सत श्री अकाल बेबे, जसनीत बोल रही हूं। की हाल है थोड़ा? सत श्री अकाल धीए, जिंदी रहे, बड़े सुहागण होवे, असि तो कदों दे तैनू उड़ीकदे आ। और रियली बेबे, मैं भी थोनू बहुत मिस कर दी हूं, पर तुसी चिंता ना करो, असि जल्दी थोनू मिलन आ रहे हां। आ बेटा, आदी ताई नाल गल कर ला, मैं फोन स्पीकर ते लाउन लगी हां। ताई स्पीकर ते? हेलो ताई। हां कुड़े की हाल है नू रानी है? हां फोन स्पीकर ते क्यों लवाया, गुरुद्वारे वाले स्पीकर ते लवा देना सी। सारे पिंड नू सुना दे, ताई सूहा लेंदी फिरदियां तू लोकां दे घरां दियां। सब पता मैनू, ताई नू करके फोन तेरा स्पीकर बंद करवाना ही पड़ा मैनू। हां कुड़े बंद कर रहे फूकने नू, ए तो भौंकण लगे आला दाला नहीं वेखदा। वाहेगुरु वाहेगुरु वाहेगुरु। हेलो निहाल। हां तू ताई नू इना अख के बोलिया? फिर ता बेबे ने मेनू आउणी नहीं सी देना। निहाल कर दिए तो फट बाकी, बंदे चो डर कर दिए तो चट बाकी। ना दस अपना निहाल। वेरी गुड। ना साड़ी किसे नल कोई लाग डाटा है, ना किसे नल कोई दुश्मनी है। फिर पता नहीं मेरी भतीजी का अटैक कौन करवा रहा है, कौन बनिया मेरी बच्ची दी जान दा दुश्मन। सिद्धू साहब मैं पक्का तो नहीं कह सकता, पर पिछले महीने की 20 तरीक नूं किसी ने जसनीत दे फादर की वसीयत नाल छेड़छाड़ करने की कोशिश की है। उहदे अनुसार जे 21 साल की होने तो पहला जसनीत नूं कुछ हो जाए तो सारी की सारी प्रॉपर्टी रिश्तेदारां दे बराबर बंडी जाएगी। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ,
ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ ਫਿਰ? ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਬਾਲਾ ਖਾ ਰਿਹਾ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ, ਤੇਰੇ ਵਾਂਗੂ ਮਤਲਬ ਹੀ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ। 1 ਮਹੀਨਾ ਹੋਇਆ ਸੀ ਵਿਆਹ ਹੋਇਆ, ਮੇਰਾ ਭਰਾ ਐਕਸੀਡੈਂਟ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ ਦੀ ਸ਼ੱਕ ਹੈ, ਤੂੰ ਹੀ ਕੀਤਾ ਹਿਕਾਰਾ, ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ ਤੇ ਕੌਣ ਕਰਦਾ ਅਟੈਕ। ਹਾਂ ਹਾਂ, ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ, ਤਾਂ ਕਿ ਉਹਦੀ ਕੋਈ ਹੁੱਕ ਸੁੱਕੀ ਨਾ ਲੱਗੇ। ਇੱਕ ਮਿੰਟ ਮੋਮ, ਕੈਨ ਯੂ ਗਾਇਸ ਪਲੀਜ਼ ਸਟਾਪ ਫਾਈਟਿੰਗ। ਅੰਕਲ, ਇਫ ਯੂ ਰੀਅਲੀ ਕੇਅਰ ਫॉर ਮੀ, ਨਿਹਾਲ ਨੂੰ ਮੇਰੇ ਬਾਡੀਗਾਰਡ ਲਈ ਹਾਇਰ ਕਰ ਲਿਆ। ਐਜ਼ ਯੂ ਵਿਸ਼ ਬੇਟਾ। ਬੇਟਾ, ਕੀ ਤੁਸੀਂ ਜਸਨੀਤ ਦੇ ਬਾਡੀਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ। ਸੋਚਣ ਵਾਲੀ ਕੀ ਗੱਲ ਹੈ ਜੀ, 24 ਆਵਰ ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਿਹਾ ਜੀ 21 ਸਾਲ ਛੱਡੋ, 99 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ ਬੇਟਾ, ਥੈਂਕ ਯੂ। ਕਮਾਲ ਹੈ, ਪਿੰਡ ਲੋਕੀ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡੇ ਦੇ, ਨਿਹਾਲ ਸਿੰਘ ਦਾ ਟੈਲੈਂਟ ਸਮਝ ਕੇ। What do you want to have? Na ji, bas ye kuch nahi peena pona ji. Matlab kuch ta le le, coffee, cold drink, something.
ਇਸ ਟਾਈਮ ਜੀ ਕਾਫੀ ਕੋਲਡ ਡਰਿੰਕ ਕਿਉਂ ਇਸ ਟਾਈਮ ਮਤਲਬ ਇਸ ਟਾਈਮ ਨੂੰ ਤਾਂ ਜੜ ਦੋਸਤ ਨੇ ਪੈਗ ਲੈ ਕੇ ਸੁੱਤੇ ਪਏ ਹੁੰਦੇ ਜੀ ਤਾਂ ਫਿਰ ਲਾ ਲੈ ਪੈਗ ਲਾ ਲਾ ਹਾਂ ਹੈਵ ਵਨ ਅੱਛਾ ਜੀ ਪਰ ਦੇਖੋ ਜੀ ਮੈਂ ਡਿਊਟੀ ਦੇ ਟਾਈਮ 'ਚ ਦਾਰੂ ਦੂਰੂ ਪੀਣ ਦੇ ਹੱਕ 'ਚ ਹੈ ਨਹੀਂ ਬਾਡੀਗਾਰਡਾ ਨਹੀਂ ਮੈਂ ਕਿਹੜਾ ਪੁਲਿਸ ਵਾਲਾ ਵੀ ਜਿਹੜਾ ਟੁੰਨ ਆਇਆ ਫਰੂੰਗਾ ਪਰ ਤੁਸੀਂ ਕਹਿੰਦੇ ਹੋ ਤਾਂ ਪਿੱਕ ਲਾ ਲੈ ਜੀ ਬਟ ਮੈਨੂੰ ਰੋਕ ਦਿਓ ਜੀ ਦੇਖੋ ਮੈਂ ਨਾ ਇੱਕ ਪੈਗ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਕਾਫੀ ਡੱਫ ਜਾਣਾ ਕਈ ਵਾਰੀ ਹਾਂਜੀ ਚੱਲ ਲਾ ਲੈ ਜੀ ਰੋਕ ਲੈਂਗੇ ਮੈਡਮ ਜੀ ਉਦਾਂ ਤਾਂ ਗੱਲ ਕੋਈ ਨਹੀਂ ਅਸਲੀ ਨਾ ਦਾਰੂ ਪੀ ਕੇ ਨਾ ਜੀ ਸਾਡੇ ਸਾਡਾ ਪਿਆਰ ਜਾਗ ਜਾਂਦਾ ਦਿਲ ਦੀ ਗੱਲ ਕਹਿਣ ਨੂੰ ਜੀ ਕਰ ਆਉਂਦਾ ਵੀ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮਤਲਬ ਕਹਿ ਦੇ ਵੀ ਜਿਵੇਂ ਆਈ ਲਵ ਯੂ ਮੈਡਮ ਜੀ ਨਹੀਂ ਨਹੀਂ ਮਤਲਬ ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ ਉਹਦੇ ਕਹਿਣ ਨੂੰ ਮਤਲਬ ਜੀ ਕਰ ਆਉਂਦਾ ਸਾਲੀ ਦਲੇਰੀ ਰਹਿ ਜਾਂਦੀ ਹੈ ਹਨਾ ਉਦੋਂ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ ਮੈਂ ਤੁਹਾਨੂੰ ਦੱਸ ਦੇਣਾ ਬਈ ਤੁਸੀਂ ਸੋਹਣੇ ਬਹੁਤ ਮੈਡਮ ਕੰਮ ਸਾਲਾ ਤੇਰਾ ਹੀ ਆ ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ ਮਤਲਬ ਦਿਲੋਂ ਆਵਾਜ਼ ਨਿਕਲੀ ਦਿਲੋਂ ਅੰਦਰ ਤੇ ਬੇ ਸਾਲੀ ਚੋਬਰ ਪਈ ਆ ਜਮਾ ਹੀ ਚੋਬਰ 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 ਮਤਲਬ ਜੀ ਜਿਵੇਂ ਗੁੰਦਮਾ ਜਿਹਾ ਮਾਲ ਮੈਡਮ ਜੀ ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਬਈ ਯੂ ਆਰ ਵੈਰੀ ਬਿਊਟੀਫੁਲ ਥੈਂਕ ਯੂ ਨਿਹਾਲ ਅੰਗਰੇਜ਼ੀ ਫਿਲਮ ਦੀ ਹੀਰੋਇਨ ਹੁੰਦੀ ਨਾ ਸੇਮ ਟੂ ਸੇਮ ਡਿੱਟੋ ਹੀ ਬਸ ਤੂੰ ਅੰਗਰੇਜ਼ੀ ਫਿਲਮਾਂ ਵੇਖਦਾ ਹੈ ਹਾਂ ਜੀ ਆ ਸਾਲੇ ਤਾਰੀ ਦੀ ਮੋਟਰ ਤੇ ਹੋਰ ਕੀ ਕਰੀਦਾ ਜੀ ਆਹੀ ਗੱਲ ਦੱਸਵਾ ਕੇ ਦਿੰਦੇ ਤਾਰੀ ਦੀ ਮੋਟਰ ਤੇ ਕੀ ਕਿਹੜੀ ਫਿਲਮ ਵੇਖੀ ਤੂੰ ਤਾਰੀ ਦੀ ਮੋਟਰ ਤੇ ਤੁਸੀਂ ਛੱਡੋ ਜੀ ਉਹ ਤਾਂ ਬਸ ਪਰ ਉਹਦਾ ਮੈਂ ਟਿਟੈਨਿਕ ਵੀ ਦੇਖੀ ਜੀ ਮੋਬਾਈਲ 'ਚ ਮੋਬਾਈਲ ਤੇ ਕਿਉਂ ਵੇਖੀ ਕਾਰ ਟੀਵੀ ਤੇ ਕਿਉਂ ਨਹੀਂ ਵੇਖੀ ਮੈਡਮ ਅਜਿਹੀਆਂ ਫਿਲਮਾਂ ਘਰੇ ਤੋਂ ਨਾ ਦੇਖੀਦੀਆਂ ਨੇ ਜੀ ਅਰੇ ਸਾਫ਼ ਸੁਥਰੀ ਤਾਂ ਫਿਲਮ ਹੈ ਟਿਟੈਨਿਕ ਕਿਰਦਾਰ ਦੀ ਗੱਲ ਕਰਦੇ ਜੀ ਉਹ ਤਾਂ ਸਾਲਾ ਜਹਾਜ਼ ਟਾਈਮ ਸਿਰ ਡੁੱਬ ਗਿਆ ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ ਹਾਂਜੀ ਸਾਰੇ ਪਿੰਡਕਾਂ ਪੁੰਡਕਾਂ ਬਣਾਈ ਗਏ ਜੀ ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਓ ਫਿਲਮ ਕਈਆਂ ਨੇ ਤਾਂ ਸਾਲਿਆਂ ਨੇ ਸੀਲ ਹੀ ਘੱਟ ਘੱਟ ਉਹ ਪਾਇਆ ਹੋਇਆ ਤੁਸੀਂ ਵੀ ਕਹਿੰਦੇ ਹੋਵੋਗੇ ਮੈਡਮ ਕਿਹੜੇ ਸਾਲੇ ਮਹਾਤੜ ਨਾਲ ਪੰਗਾ ਪੈ ਗਿਆ ਮੈਡਮ ਕਹਿਣ ਦਾ ਮਤਲਬ ਇਹ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨਹੀਂ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਇੱਕ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਸਹੀ ਗੱਲ ਹੈ ਨਿਹਾਲ ਪਿਆਰ 'ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਪਿਆਰ ਬਸ ਪਿਆਰ ਹੀ ਹੁੰਦਾ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ 'ਚ ਰੂਪ ਨਹੀਂ ਹੁੰਦਾ ਰੂਪ ਉਹ ਜਿਹਨੂੰ ਮੈਂ ਪਿਆਰ ਕਰਦੀ ਹਾਂ ਹੁਣ ਕਿੱਥੇ ਰੂਪ ਮੈਡਮ ਰੂਪ ਰੂਪ ਜ਼ਿਆਦਾਤਰ ਅਮਰੀਕਾ ਹੀ ਰਹਿੰਦਾ ਬਿਜ਼ਨਸ ਦੇ ਸਿਲਸਿਲੇ 'ਚ ਤੁਹਾਡੇ ਤੇ ਐਡੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਰੂਪ ਅਮਰੀਕਾ ਬੈਠਾ ਰੂਪ ਨੂੰ ਪਤਾ ਹੀ ਨਹੀਂ ਹੈ ਨਿਹਾਲ ਕਿਉਂਕਿ ਮੈਂ ਉਹਨੂੰ ਦੱਸਿਆ ਹੀ ਨਹੀਂ ਇਹੀ ਸੱਚਾ ਪਿਆਰ ਹੈ ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭੱਜਿਆ ਇੱਥੇ ਆਉਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ 'ਚ ਪਾਵਾਂ ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਹੈ ਸੱਚਾ ਪਿਆਰ ਇਹਨੂੰ ਕਹਿੰਦਾ ਮੈਂ ਫੋਨ ਕਰਕੇ ਆਇਆ ਹੈਲੋ ਓ ਤਾਰੀ ਤੈਨੂੰ ਸਲੇ ਇਹੀ ਕੁੜੀ ਲੱਭੀ ਸੀ ਇੱਕ ਤਾਂ ਪੰਜਾਬੀ ਨਹੀਂ ਬੋਲਦੀ ਉੱਤੋਂ ਸਲੇ ਇੰਨੇ ਅਮੀਰ ਖਾਨਦਾਨ ਦੀ ਕੁੜੀ ਆ ਉੱਤੋਂ ਪੰਜ ਪੰਜ ਬਾਡੀਗਾਰਡ ਉੱਤੋਂ ਸਾਲੀ ਨੇ ਬੁਆਏਫ੍ਰੈਂਡ ਵੀ ਰੱਖਿਆ ਹੋਇਆ ਉੱਤੋਂ ਬੇਬੇ ਨੇ ਖੁਸ਼ੀ 'ਚ ਖੰਡ ਪਾਠ ਰਖਾ ਲਿਆ ਗੁਰਦੁਆਰੇ ਉੱਤੋਂ ਬੇਬੇ ਨੇ ਸਾਰੇ ਪਿੰਡ ਨੂੰ ਫੋਟੋ ਦਿਖਾਤੀ ਉੱਤੋਂ ਖੁਸਰੇ ਤੁਹਾਡੇ ਘਰੇ ਨੱਚ ਕੇ 21,000 ਰੁਪਇਆ ਲੈ ਗਏ ਨਾਲੇ ਗੱਲ ਸੁਣ ਸ਼ੇਰਾ ਹੁਣ ਤਾਂ ਜਿਹੜਾ ਗੱਲ 'ਚ ਢੋਲ ਪਿਆ ਨਾ ਬਸ ਇਹਨੂੰ ਚੁੱਪ ਕਰਕੇ ਬਜਾਈ ਚੱਲ ਹਾਂ ਉਹ ਨਹੀਂ ਹੁਣ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ ਹਾਂ ਸੱਚ ਇੱਕ ਆਈਡੀਆ ਆਇਆ ਤੂੰ ਐਂ ਕਰ ਨਾਭੇ ਵਾਪਸ ਚਲਾ ਜਾ
जांदे सारी पिंड वालेयां दे ना पैरीं पै जा। कहती मेथों गलती हो गई, भतीज जवानी च गलती हो जाती है। एक मिनट अंदर ना निहाल, तू इना सैड के बैठा है, है? फिर की होया जे ओदा बॉयफ्रेंड हैगा, तू ओनू इत्थे अपनी गर्लफ्रेंड दा बनाउण आया नहीं सी, है ना? देख तू ओदे डर नू अपनी ताकत बना, वैसे भी ओ तेरे ते विश्वास तां करदी है, नहीं ते तैनूं रूप बारे क्यों दसदी? शी फील सेफ विद यू। निहाल मैनूं एक आइडिया आया यार, क्यों ना आपां मिलके ओनू इन्ना डराइए कि ओनू लगे कि ओ सिर्फ निहाल दे नाल सेफ फील करदी है, चाहे ओ इंडिया होवे चाहे कैनेडा। बाय द वे कल दा ओदा की प्लान है? स्क्रैपयार्ड। किथे मर गया भाई, कुड़ी नू डराउण दे चक्कर च किते आप ही ना डर गया होवे पतंदर, सड़ककारां दी कब्रस्तान च छड़ गया। टाइम भी बहुत हो गया यार। इट्स सॉर्टेड, थैंक यू, थैंक यू। पस्ताल दिखाता गोली मारे दे, डरो ना जी, गले कोई नहीं, इत्थे मार जट दे टका के मथे च, जे तेरी गोली च दामा इत्थे प्रॉपर मार देखदा कि जट खड़ा। गोली खा के लंघी, जे बेबे को जो दिल जानी है ना कुड़ी तक ने डच डना ही पैना साले। चल चल बैठ, फिर सोके 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 गड्डी बैठ। निहाले हो की रहे है, मेरी तो कुछ समझ नहीं आ रहा है, कौन है जो सब कुछ छड़ के मेरी जान दे पीछे पिया होया है, मैं किसी तक की बिगाड़े है? सीधी जी गल है मैडम, दो हफ्ते तक तुम 21 साल हो जाना ते तुहाडी सारी प्रॉपर्टी तुहाडे कोले आ जानी है, पर मैनू लगता कि तो अड़ा अपने ही कोई ये गल चाहता नहीं गा कि तुसी अपनी प्रॉपर्टी दे मालक बनो। अपने? What do you mean? मम्मी, चाचा जी? No, this is hard to believe. पर जो कोई भी है, पता तो मैं करके ही छटूंगी। पता कराने के लिए मैंने पहला बंदे नू जोंदा रहना पड़ा, ते जेड़े हालात चल रहे ने ना,
ना बहुता चेर तुम जोते रहना तो ना मैं नले इस बगाने मुल्क दे विच मैं किन्ना चेर तुहाडा बचा कर सकता है। मेरी मनो आ दो हफ्ते जब तक तुसी 21 साल दे नहीं हो जाते बिना किसी नूं दसे तो मेरे नाल पंजाब चलो। पंजाब? पंजाब पर मेरा कौन है पंजाब च? हले भी पुछदे हो कि तुहाडा कौन है पंजाब च? निहाल सिंह मरदा मर जूगा पर जसनीत कौर नूं तां तीवा नहीं लगन दिंदा। पर रूप रूप नूं बिना दसे मैं नहीं जा सकती। उहनूं तां मैनूं दसना ही पैणा। ओ विचारा खामखा आप छपार दे मेले नहीं चले। मैडम यह मौत का खेड है। थोनू तो मैं बचा लूंगा पर तुहाडे रूप नूं कौन बचाऊगा? बथेरे लोगों ते भरोसा करके देख लिया तुसी। एक बारी निहाल सिंह ते भी भरोसा करके देख लो। देखी मेरा भरोसा तोड़ी ना। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ। ਉਹ ਕੀ ਹੋ ਗਿਆ ਤੈਨੂੰ? ਓਏ ਕਿਉਂ ਰੋਈ ਜਾਨੀ ਦੱਸ ਤਾਂ ਸਹੀ। ਮਾਮਾ ਜੀ ਮੈਂ ਬਰਬਾਦ ਹੋ ਗਈ, ਮੇਰੇ ਦਿਲ ਦੇ ਬਾਗ ਹੀ ਉਜੜ ਗਏ। ਮੈਂ ਤਾਂ ਆਪ ਹੈਰਾਨ ਹਾਂ, ਇਸ ਮਲੰਗ ਨੂੰ ਕੁੜੀ ਦੇ ਕੀ ਨਾ ਦਿੱਤੀ। ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ ਚ ਕੋਈ ਮਾਤਾ ਪੰਛੀ ਵੀ ਨਹੀਂ ਹੈ। ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ। ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ, ਉਹ ਤਾਂ ਮੇਰੇ ਨਾਲ ਦਾ ਗ੍ਰਹਿਉਂ ਵੀ ਮੈਂ ਹੈਰਾਨ ਹੈ। ਉਹ ਸਾਲਾ ਨੌਵੀਂ ਫੇਲ ਤੇ ਮੈਂ ਬੀਐਡ ਪਾਸ, ਉਹਨੂੰ ਕੈਨੇਡਾ ਦੀ ਕੁੜੀ ਦੇ ਕੀ ਨੇ ਦਿੱਤੀ? ਇਹ ਤਾਂ ਮੈਂ ਮੰਨਦੀ ਹਾਂ ਵੀ ਨਿਹਾਲ ਬੜਾ ਸਕੀਮੀ ਹੈ, ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਰਿਹਾ ਹੈ। ਹਾਂਜੀ ਭੂਆ ਜੀ, ਤੁਸੀਂ ਚਾਹਤੇ ਚੱਲ ਕੇ ਬਾਹਰ ਹੀ ਟੱਪਿਆ ਏ। ਲੈ ਇੰਨੀ ਛੇਤੀ ਬਾਲਾ ਟੱਪਿਆ ਆ, ਉਹ ਕਮਾਲ ਹੈ। ਜਿਸ ਹਿਸਾਬ ਨਾਲ ਉਹਨੇ ਸਪੀਡ ਫੜੀ ਹੈ ਸਾਲਾ, ਕਿਤੇ ਗਾਹੀ ਨਾ ਲੰਘ ਜੇ। ਤੂੰ ਜਾ ਕੇ ਸੜਕ ਤੇ ਖੜ। ਤਾਰੀ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ? ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ, ਬਸ ਇੱਕੋ ਕੰਮ ਰਹਿ ਗਿਆ। ਉਹ ਕਿਹੜਾ? ਦੇਖ ਸਾਰੇ ਬਹਿ ਗਏ ਚਾਚੀ, ਹੁਣ ਮੇਰੀ ਵੀ ਹੱਥ ਪੀਲੇ ਕਰ ਦੇ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ। ਚਾਦਰ ਕੀ, ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ, ਪਰ ਸਾਲਾ ਕਿਤੇ ਕੰਮ ਵੀ ਬਣੇ। ਸਟਾਪ 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 ਦ ਕਾਰ ਰਾਈਟ ਨਾਓ। ਓ ਕੀ ਹੋ ਗਿਆ ਹੁਣ? ਗੱਡੀ ਕਾ ਸੁਰ ਕੁਵਾਲੀ ਆ, ਓ ਪਿੰਡ ਹਲੇ ਬਹੁਤ ਦੂਰ ਆ, ਕਾ ਤੋਂ ਵਿਚਾਲੇ ਰੋਕ ਲਈ ਗੱਡੀ। ਹੈਲੋ ਮੈਡਮ ਜੀ, ਕੀ ਹੋਇਆ ਦੱਸੋ? ਨੋ ਵੇ, ਆਈ ਐਮ ਨਾਟ ਵੇਅਰਿੰਗ ਥਿਸ ਕਾਈਂਡ ਆਫ ਕਲੋਥ। ਬਲੱਡੀ ਬੈਡ ਸ਼ੀਟਸ, ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ। ਮੈਂ ਨਹੀਂ ਪਾਣੇ ਇਹ ਕੱਪੜੇ। ਕਮਾਲ ਦੀ ਗੱਲ ਆ, ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ। ਕਿੱਦਾਂ ਦੇ ਕੱਪੜੇ ਪਾਉਂਦੇ ਨੇ? ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ। ਐਕਚੁਅਲੀ ਕਾਰ ਦਾ ਏਸੀ ਖਰਾਬ ਆ। ਚੱਲਦਾ ਹੈ ਭਾਜੀ? ਸੜਿਆ ਚਲਾਇਆ ਨਹੀਂ ਫਿਰ? ਭਾਜੀ ਤਾਰੀ ਭਾਜੀ ਨੇ ਪੈਸੇ ਨਾ ਏਸੀ ਦੇ ਦਿੱਤੇ ਨੇ। ਸਲਾ ਤਾਰੀ ਗੋਸ਼, ਇਹਨੇ ਸਾਰੇ ਕੱਪੜੇ ਉਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ। ਆਈ ਨੀਡ ਅ ਚੇਂਜ। ਡਰਾਈਵਰ ਡਿੱਕੀ ਓਪਨ ਕਰੋ। ਜੀ ਮੈਡਮ। ਓਏ ਨੋ ਓਪਨ, ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ। ਕਰ ਲੈਣ ਦੋ ਭਾਜੀ, ਥੱਪੜ ਮਾਰੂ ਸਾਲੇ ਦੇ ਮੈਂ। ਚੱਲ ਗੱਡੀ 'ਚ ਬੈਠ। ਅਬੇ ਜਸਨੀਤ ਦੇਖ, ਤੈਨੂੰ ਇੱਥੇ ਆਪਣਾ ਆਈਡੈਂਟੀ ਕਾਰਡ ਲੁਕੋ ਕੇ ਰੱਖਣਾ ਪੈਣਾ। ਆਈਡੈਂਟੀ ਕਾਰਡ ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ। ਪਰ ਇੱਥੇ ਮੈਨੂੰ ਕੌਣ ਪਛਾਣੇਗਾ? ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ। ਵਾਟ ਯਾਰ, ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇੰਟਰਨੈਟ, ਗੂਗਲ ਆ, ਸਭ ਕੁਝ ਚੱਲਦਾ। ਲੋਕ ਸਾਲੇ ਮੋਟਰਾਂ 'ਤੇ ਬੈਠ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ। ਮੇਰੀ ਗੱਲ ਸੁਣਾ, ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ, ਆਪਣਾ ਆਈਡੈਂਟੀ ਕਾਰਡ ਮੈਂ ਬਦਲਦਾ ਵਾ। ਪਲੀਜ਼ ਟਰਾਈ ਟੂ ਅੰਡਰਸਟੈਂਡ, ਜਸਨੀਤ ਤੂੰ ਇੱਥੇ ਜਸਨੀਤ ਨਹੀਂ, ਜਸਨੀਤ ਕੌਰ ਹੈ। ਕੌਰ ਦਾ ਮਤਲਬ ਟੌਰ। ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ, ਜੇ ਕੋਈ ਸ਼ੱਕ ਹੈ ਤਾਂ ਸਾਈਡ 'ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ। ਹੁਣ ਚਲੋ ਗੱਡੀ 'ਚ ਬੈਠੋ, ਬਾਕੀ ਗੱਲਾਂ ਆਪਾਂ ਘਰੇ ਜਾ ਕੇ ਕਰਦੇ ਹਾਂ। ਫੋਰਐਵਰ। ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ, ਹਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ। ਚੱਲ ਚਾਚੀ, ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ, ਹੁਣ ਸੈਟ ਆ ਜਾਵਾਂ। ਚੱਲ ਹਾਂ, ਪੂਰਾ ਬੇਟਾ ਲੈ ਆ ਗਏ ਆ ਗਏ ਆ ਗਏ। ਆਓ ਜੀ ਆਓ ਜੀ ਆਓ। ਲੱਥੋ ਜੀ, ਮੇਰੀ ਮੰਮੀ ਨੂੰ ਨਾ ਬੇਬੇ ਕਹੀ। ਨੀ ਸਿੰਪੋ, ਨੀ ਆਜੋ ਨੀ ਆਜੋ, ਮੇਰਾ ਲਾਡਲਾ ਪੁੱਤ ਆ ਗਿਆ। ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ। ਯੂ ਮੀਨ ਬੇਬੀ ਰਾਈਟ? ਬੇਬੀ ਨੀ, ਬੇ 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 ਓਕੇ।
ਲੈ ਬੇਬੇ ਲਿਆਂਦੀ ਕੈਨੇਡਾ ਤੋਂ ਓਰੀਜਨਲ ਆ ਬੋਰਨ ਬ੍ਰੌਟ ਅਪ ਕੈਨੇਡਾ ਖੜ ਜਾ ਧੀਏ ਸੁੱਖਾ ਸੁਖਦੀ ਨੂੰ ਤਾਂ ਦੇਣ ਆਇਆ ਮੜ ਜਾ ਤੇਲ ਤਾਂ ਚੋ ਲੈਣ ਦੇ पंडित जी तुहाडियां भविखबाणियां गलत हुंदियां जांदियां ने निहाल बेस्ट फ्रेंड तरजीत सिंह पुरतारी राम 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 हाय हो नहीं सकदा इहदे विच जरूर कोई भेद है चार क दिन देखदे आ सच अपने आप सामने आ जाऊ हैं ठीक है आओ चलिए सलिया मेरी बारी तू बस चुले आया ओए शुक्रिया मेहरबानी हाथ बाली कुले ने कनेडा वाली दे ओए अपने आले ता बठल चक चक के अटण पे हुंदे ने हसे मजाक च किते तू अपनी गल्ला ते अटण ना पवाली कुत्ते आ चल कुड़े बहू ता बड़ी सोहणी है तेरी इतनी सोहणी बहू लेके आया ओ टुटा की रे ताई कनेडा वाली है रीजनल असली kind of a zoo is this ये लेडी सॉन्ग्स क्यों गा रही है एनो दूजी वाली आंटी व्हाई शी कॉल मी नू तेनू की दसा जसनीत तेन पता साडे पिंड आखरी ब्याह कदों होया सी When? सन 93 च जदों वड्डे हड़ आए सी हड़ फ्लड ओ साडे पिंड सजण के बिट्टे दा ब्याह सीगा ते बरात ना भरी हुई बस सीधी जोड़े पुलां चो नहर च दुड़ुम मतलब जंप कर गई ओ माय गॉड सच्ची मुच्चे अब अतारी दा पापा बस चलाउंदा सीगा बिच्चे ओ शहीद हो गए हैं दस साले हाँ 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 बस दिनाली पापा जी ठंड ठंड अब जदों दे पापा जी पूरे हुए ने ना दी एंड नू ठंड ही पड़न लग गया बेचारा उस घटना तो बाद ना साडे पिंड किसी ने भी पुत ब्याहण दी हिम्मत नहीं की हैगी हुण जदों भी कोई कुआरी कुड़ी साडे पिंड च आउंदी आ साडे पिंड वाले एदां ही नू नू कह के उहदे शगन शुगन पूरे कर लैंदे ने पापा जी मेरे मतलब फादर साहब सॉरी आई एम सो सॉरी यू टू हियर दैट अच्छा जी वे क्यों मेरी कुड़ी नु तंग करी जाने आ चलती है अंदर चलिए क्यों साला तेरा की टेट दुखदा सी अगली मेरे जियोंदे प्यो दा अफसोस कर रही सी जी बेबे ने अंदर पैरों कढ़ ली ना सारे पिंड ने अपने अफसोस ते बह जाना चल की गल पुत्र तू इने उदास क्यों आ ओ मैनू सब कुछ दसता निहाल ने बेबे जी सुन के बहुत अफसोस होया केड़ी गल दा अफसोस होया बेटा ओही बस वाली गल गॉड शुडंट डू दिस टू एनीवन अब बेबे अब जसनी थागी होनी है ना इन्नी दूर तुर के आई है कनेडा तुर के नहीं जहाज ते आ मतलब एक के गल आ जा तारी जाके रूम दिखा इनानू हां हां जा जा जी चलो पुत्र ए केड़े पास ते गल कर रही सी कनेडे तो आई है तेरी नू उथे जानवरां ते बंदियां नू बराबर समझदे आ हौ कहलेगी बैड़ी दा बेचारी किन्नी मलूक जिंदा मेरी थी ओदा ता तू कदे कोई चंगा काम कीता नहीं पर आ मेरी नूं नू लिया के ता तू मेरा दिल जीत लिया पुत पता नहीं बसा मुरे बैड़िया ले आ लिया के कितना चिर बचांगे वाहिगुरु वेयर आर यू ओ की होया रोई क्यों जानी है मेरा दिल टूट गया दिल टूट गया फिर गैड़ गैड़ गन्ने को खाई जानी है दिल टूटिया दांत ने टूटे एक तो मेनू तेरी समझ नहीं आती कदे तू मचान ते चढ़ जानी है कदे टैंकी ते चढ़ जानी है तेरा दिमाग खराब हो गया हाँ बोल मेनू कदों बुलाया अनमोल तू मेनू पहले ये दस कि ओ कनेडा वाली चेजा की है जो मेरे च नहीं है मेरे वर्गी खांदे पींदे घर दी कुड़ी कि निहाल नू मिलनी है एक गोरा रंग एक तिखे नैनक्ष एक कालियां जुल्फां दस मेनू की कमी है मेरे च अनमोल दस मेनू ओ कमलिए
तेरा ते ओदा की मुकाबला है ओ तेरे वांगू कमा चो जड़ समेत गन्ना पट लू ते तू गन्ना छड़ मैं सने जड़ के कर पट दा पर निहाल मेरा होना चाहिदा अनमोल मैं तेरे दस दिया कमी की है कमी ये है कि ओ कनाडा वाली वांगू मैं चवड़ चवड़ इंग्लिश नहीं बोल सकदी यस यू आर राइट अनमोल जमी एदा दी अंग्रेजी मेनू सिखा दे खराब हो गए भी किन्नी फुल स्पीड दे भाई दी मेरे पापे दी कार इनू कार कहंदे ब्लडी गार्बेज ओए गार्बेज गुरबेज ना बोली मेरी गल सुन ला पहली कार आ जेड़ी साडे पिंड दे विच आई आ मेरा डैडी लेके आया सी उस तो बाद 3600 फोड़ अज भी जदों गुरुद्वारे अनाउंसमेंट हुंदी आ ना असी फीएट कार वाले बजदे आ सीना चौड़ा हो जांदा सुन के ओए उन्नी टावर ता पग च तुरले दी नहीं हुंदी जिन्नी साडी फीएट कार दी आ स्टॉप 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 बस कर निहाल किन्ना बोल रहा है तू सॉरी जे तेनू गलत बोली ओहो डैडी नू ता बड़े झूठे दते साडी वारी खड़ गई है कोई नी तू जिन्नी मर्जी बेइज्जती कर ला मैं ता तेरी इज्जत करूं डैडी दी आखरी निशानी निहाल पुत हां जी मैं कश्मीरों वाल चली हां ओदी माज बीमार आ अच्छा। जसदीप नू कही मेरे औंदी नू रोटी बना के रखे रोटी छड़ बे मैं रोटी बना के की कर रही हां मैनू ता भुख है नी मैं ता कहना तू भी कश्मीरों चाचे ली खाया हां मैं अगले दे घरे क्यों रोटी खावा नाले उन्ना दी ता मज बीमार आ कमाल दी गल है बेबे मज ने आटा गुन के देना चाची नु तेनू रोटी नहीं खिला सकदी ओहो क्यों कवड़ियां गल्ला करदा निहाल मैं रोटी घरे आके खानी आ फिर मैं अपनी बेबे नु अज जिमीदार ढाबे दी रोटी खिलाऊ कढ़ाई पनीर ता इना स्वाद बनाउंदे आ गल्ला ही छड़ दे मैं नहीं खाना पनीर पनूर मैं ता आपदे नौ दे हाथी बनी हुई दाल रोटी खानी आ तू दाल रोटी खा ली बेबे मेरे लिए मज वाली दवाई ले आई मैं वो खा लूं जसरीत एक गल दस हां पूछ तेरे शौक की ने शौक यू मीन हॉबीज यस ओह लॉन्ग ड्राइव्स एडवेंचर स्पोर्ट्स म्यूजिक वर्ल्ड ट्रैवल घरेलू शौक घरेलू आटा गुनना पेड़े करने रोटी बनानी आई हेट कुकिंग आई डोंट इवन नो द सी ऑफ कुकिंग खाना खाना आंदा है बस रोटी बनाना तो दूर मैं तो आज तक कभी किचन की शक्ल भी नहीं देखी फिर तेनू मैं आज किचन दिखाऊंगा फॉरगिव मी निहाल मैं किचन नहीं देखना मैं चली हूं पिंड देखन ठीक है ओह एक सेकंड निहाल ओ जेडी टैंकी है तेनू टैंकी बारे की नहीं दसिया दसिया नहीं मैं देखन जानी है अबे बाहू नू देखन जाई ए सली टैंकी जत्ता पहला पाए होने सारे पौड़े हां पता नहीं की कही जांदा है तू हुण रोटी कौन बनाऊ यार तारी ओ मच पे पाती दीदी तारी ओ तारी रोटी वाला काम तो हो गया भाई आ देख बन गई रोटी मैं कहना तेरा जलेबियां ते काम चल दे बढ़िया चल क्यों साले रोटी थोड़ो जलेबियां बनाई ना ता तू ओ साले आ दोबारा बना देना मां वा तेरे लव लेटर नहीं हैगे जेडे पाड़ पाड़ सिटी जाना है अन्न देवता है अन्न देवता रोटी है माफी मांग ला साले माफी इतों तू दाल चुग ली ਸਾਲਿਆ ਮੈਨੂੰ ਕਹੀ ਜਾਂਦਾ ਮਾ ਜੇ ਦਾਲ ਨਾ ਚੁਗੀ ਮੇਰੇ ਫੁੱਲ ਚੁਕਣੇ ਪੈ ਜਾਣੇ ਨੇ ਮੈਂ ਕਹਿੰਦਾ ਉਹ ਚੁਕਣੇ ਸੌਖੇ ਹੋਣਗੇ 5 ਮਿੰਟ ਚੁਕੇ ਜਾਣਗੇ ਤੇਰੇ ਫੁੱਲ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚਰੋੜੇ ਪਾਏ ਨੇ ਕਿ ਰੋੜੇ ਚ ਦਾਲ ਪਾਈ ਹੋਈ ਹੈ ਪਤਾ ਕੀ ਸਕੀਮ ਆਈ ਮੈਨੂੰ ਹੁਣ ਆ ਛੱਡ ਪਰਾਂ ਸਾਰਾ ਪੰਗਾ ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ ਅੱਧਾ ਆਈਡੀਆ ਤਾਂ ਤੇਰਾ ਠੀਕ ਆ ਅੱਧਾ ਕਿਵੇਂ ਹੋਏ ਬੇਬੇ ਨੂੰ ਗੁਰਦੁਆਰੇ ਨਹੀਂ ਹਾਂ ਗੁਰਦੁਆਰੇ ਰੋਟੀ ਲੈ ਕੇ ਆਉਂਦੇ ਹਾਂ ਯੈਸ ਆ ਚੱਕ ਬੇਬੇ ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ ਆਪਣੇ ਕਰ ਕਮਲਾਂ ਦੇ ਨਾਲ ਕਰ ਕਮਲਾਂ ਨੂੰ ਸਲਾਹ ਨਹੀਂ ਪਤਾ ਰੱਖਿਆ ਵਾ ਬੇਬੇ ਉਹ ਮੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ ਬਈ ਸਵਾਦ ਆ ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ ਬਹੁਤ ਸਵਾਦ ਦਾਲ ਬਣਾਈ ਆ ਚਵਾਈ ਲੰਗਰ ਵਰਗੀ ਜੇ ਕਰਦਾ ਪੁੰਜੇ ਬਹਿ ਕੇ ਖਾਵਾ ਬਣਦਾ ਤਾਂ ਪੁੰਜੇ ਬਹਿ ਕੇ ਖਾਣੀ ਆ ਲੰਗਰ ਚੋ ਜੋ ਲਿਆਂਦੀ ਆ ਓਏ ਸੜਕ ਹੀ ਬਕਵਾਸ ਮਾਰ ਰਿਹਾ ਜੇ ਬੇਬੇ ਸੋਣ ਲੈਂਦੀ ਫਿਰ ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ ਕਿਉਂ ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਖੀ ਪਾੜ ਨੂੰ ਫਿਰਦਾ ਸੀ ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ ਘਰੇ ਨਹੀਂ ਮੈਂ ਲੈ ਜਾਣ ਦਿੰਦਾ ਲੈ ਕੇ ਕਿਵੇਂ ਆ ਉਹੀ ਪੁਰਾਣਾ ਤਰੀਕਾ ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ ਉਹ
ਵਿਆਹ ਕਿਹੜਾ ਪੁਰਜਾ ਆ ਗਿਆ ਓਏ ਇਹ ਤਾਂ ਨੀਰੀ ਲਾਟ ਹੈ ਬਾਈ ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ ਆਏ ਹਾਏ ਓਏ ਐਕਸਕਿਊਜ਼ ਮੀ ਆਈ ਵਾਂਟ ਟੂ ਮੀਟ ਨਿਹਾਲ ਹਾਂ ਕਿਵੇਂ ਜੀ ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ ਮੈਂ ਪਛਾਣਾ ਨਹੀਂ ਤੁਹਾਨੂੰ ਜੀ ਮੈਂ ਸਿਮਰਤਾ ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ ਓ ਹਾਂਜੀ ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤੇ ਨਹੀਂ ਰਹਿੰਦੇ ਹਾਂਜੀ ਹਾਂਜੀ ਉਹੀ ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ ਅੱਛਾ ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ ਆਹ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ ਸਮਰਸੀਬਲ ਲਾਉਣਾ ਸੀ ਨਾ ਆਪਾਂ ਉਹ ਬਸ ਇੱਕ ਸਾਲ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ ਅਗਲੇ ਸਾਲ ਪੱਕਾ ਕਿਹੜਾ ਮਾਰੂ ਜਮਾ ਟਰ ਗਿਆ ਬਸ ਹੋਰ ਸੁਣਾਓ ਫਿਰ ਕਿੰਨੇ ਕੁੱਤੇ ਨੇ ਸਾਹ ਘਰਿਆ ਓਏ ਤੁਸੀਂ ਨਾ ਸਿਮਰ ਹਾਂ ਆਹ ਕੀ ਹੋਏ ਬਾਹਰਲੇ ਮੁਲਕ ਗਿਆ ਕਦੇ ਉੱਥੇ ਇੱਦਾਂ ਹੀ ਮਿਲਦੇ ਆ ਉਹ ਅੱਛਾ ਜੀ ਫਿਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕ ਜੇ ਜੱਟ ਜਾਊ ਬਾਹਰ ਹੀ ਹੁਣ ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿਗੇ ਇੰਨੇ ਹੈ ਨਹੀਂ ਆਪਣੇ ਕੋਲ ਆਓ ਸਿਮਰਤ ਆਪਾਂ ਉੱਧਰ ਗੱਲ ਕਰਦੇ ਹਾਂ ਹਾਂ ਆ ਜਾਓ ਆ ਜੀ ਉਹ ਸਾਲਿਓ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ ਆ ਮਿੱਠੂ ਤੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ ਇੱਥੇ ਹੀ ਰਵਾਂਗੀ ਇਹ ਤਾਂ ਵਧੀਆ ਗੱਲ ਆ ਓਏ ਮੇਰੇ ਕੋਲੇ ਬੰਦਾ ਹੈਗਾ ਆਪਾਂ ਇਹਦਾ ਪਾਸਪੋਰਟ ਮੁਕਵਾ ਦਿੰਦੇ ਆ 25 ਲੱਖ ਚ ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਇਆ ਬਜੂ ਊ 4 ਲੱਖ ਬਜੂ ਊ ਦਾ ਕੀ ਮਤਲਬ 6.5 ਲੱਖ ਰੁਪਇਆ ਤੋਰੇ ਫੇਰੇ ਤੇ ਵੀ ਲੱਗੂ ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ ਲੱਗਦਾ ਇੱਥੋਂ ਗੇਮ ਕਮਾਊ ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ ਕੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨੂੰ ਵਾਪਸ ਆ ਰਹੀ ਹਾਂ ਉਹ ਯਾਰ ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ ਇਹਦੇ 'ਚ ਕੀ ਗੱਲ ਆ 4 ਦਿਨ ਉਦਾਸ ਰਹਿਣਗੇ ਬਾਅਦ 'ਚ ਠੀਕ ਹੋ ਜਾਣਗੇ ਕਿਉਂ ਹਾਂ ਤਾਂ ਹੀ ਤਾਂ ਏਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼ ਜਾ ਕੇ ਉਹਨਾਂ ਨੂੰ ਸਮਝਾ ਪਲੀਜ਼ ਓਏ ਮੈਂ ਸਾਲਿਆ ਸੱਚ ਨਾ ਬੋਲੀ ਤੂੰ ਇੱਕ ਵਾਰੀ 8ਵੀਂ 'ਚ ਸੱਚ ਬੋਲ ਕੇ ਮਿੱਠੂ ਦੇ ਬਸਤੇ 'ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ ਸਾਲਿਆ ਮਿੱਠੂ ਉਦੋਂ ਦਾ ਕੋਮਾ 'ਚ ਹੈ ਪਲੀਜ਼ ਨਿਹਾਲ ਮੈਨੂੰ ਤੇਰੇ ਟੈਲੈਂਟ ਤੇ ਪੂਰਾ ਯਕੀਨ ਹੈ ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਸਾਰਿਆਂ ਨੂੰ ਨਿਹਾਲ ਕਰ ਦਿੰਦਾ ਹੈ ਨਿਹਾਲ ਚੱਲ ਨਾ ਪਲੀਜ਼ ਨਹੀਂ ਸਾਲਿਆ ਝੂਠ ਬੋਲੀ ਪਲੀਜ਼ ਨਿਹਾਲ ਪਲੀਜ਼ ਝੂਠ 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 ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ ਪਰੇ ਹਟੋਏ ਸਾਲਿਆ ਝੂਠ ਸਾਲਿਆ ਬਰਵਾਏਗਾ ਸਾਨੂੰ ਝੂਠ ਬੋਲ ਸਾਲਿਓ ਰਹਿ ਕੀ ਮੰਗ ਲਈ ਸਰਪੰਚੇ ਬਣ ਗਏ ਹੈ ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ ਆਈ ਡੋਂਟ ਲਾਈਕ ਦੈਮ ਅਨਐਜੂਕੇਟਡ ਪੀਪਲ ਅਨਪੜ੍ਹ ਪੰਚਾਇਤ ਲੈ ਸਾਲਾ ਬੜੀ ਛੇਤੀ ਪੰਪ ਚਾਉਂਦਾ ਔਰ ਜਦੋਂ ਵੀ ਪੰਪ ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ ਨਾਲੇ ਸਾਡੇ ਪਾਊਗਾ ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ ਤੇ ਸੱਦਣ ਦੀਆਂ ਛੁੱਟੀਆਂ ਨੇ ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ ਠੀਕ ਹੈ ਉਹ ਤੇਰੇ ਕੰਨ ਤੇ ਪੈਣੀ ਹੈ ਕਿਉਂ ਮੇਰੀ ਵਾਰੀ ਹੈ ਆ ਮੇਰੀ ਵਾਰੀ ਸੀ 2 ਘੰਟੇ ਮੈਨੂੰ ਦੇ ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ ਮੈਂ ਲਾ ਦੂੰਗੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰਦਿਆਂ ਨੂੰ ਕਿੱਦਾਂ ਫੇਸ ਕਰਾਂ ਉਹ ਯਾਰ ਆਪਣਾ ਆਪ ਦਾ ਘਰਾ ਡਰਨ ਵਾਲੀ ਕੀ ਗੱਲ ਆ ਉਹ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਆ ਇੰਨੇ ਨਿਆਣੇ ਥੋੜੇ ਨੇ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਓਏ ਹੋਏ 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 ਮੰਮੀ ਜੀ ਤਾਂ ਇਮੋਸ਼ਨਲ ਹੋ ਗਏ ਪਾਪਾ ਜੀ ਕਿੱਥੇ ਨੇ ਕੀ ਦੇਖਦਾ ਕਿੱਧਰ ਮੂੰਹ ਚ ਕਿਆ ਹੈ ਆ ਕੀ ਆ ਅੱਪੜਾ ਇਹੀ ਮਾਰੂ ਸਾਲੇ ਦੇ ਸਾਲਾ ਜੀਜਾ ਜੀ ਜੀਜਾ ਜੀ ਆ ਗਿਆ ਜੀਜਾ ਜੀ ਕਿਹੜਾ ਜੀਜਾ ਜੀ ਤੁਸੀਂ ਹੈ ਸਾਰੀ ਗੱਲ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਇਹਦੇ ਚ ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ
पर घटो घट एक फोन का करना बनता सी थोड़ा। देख जवाई पुत्तां वर्गे हुंदे ने, घटो घट तू ही अपना फर्ज निभा दिंदा। पर पापा इदां दी गल नहीं है जी, इन्ना गुस्सा नहीं खाईदा हुंदा, कदे नूहां नालों भी मां साड होया। चलो पाओ जफी। ओए मेरियां तां अखां तरसियां पईयां सी इन्हां नूं देखण लई। ओ मेरा जवाई पुत्त सौ रब दी तूं बहुत सोहणा लग रिहा मैनूं। जसनीत जसनीत पुत माड़ी जी गल सुनी मेरी। जी बेबे। बेबे आ की है? ए पुत अपनिया खानदानी चूड़िया ने। मतलब? मतलब ए कि जदो निहाल दी दादी इस घर च व्याह आई सी ना, तो निहाल दी पड़दादी ने उनू दित्तियां। जदो मैं इस घर च व्याह के आई तो निहाल दी दादी ने मैनू दित्तियां। हुण मैं तैनू देना चाहनी आ। पर तुसी अपनी खानदानी चूड़ियां मैनू क्यों गिफ्ट करना चाहुंदे? बेटा गिफ्ट? तू तो साडी नूह बनण वाली आ, तैनू ही देनी आ। तू अगे आपदी नूह नूं दे दी। मैं कुछ समझी नहीं। बेटा तुसी बाहरले जम्मे पले बच्चे आ, थोनू इत्थे दे रीति रिवाजां दी की समझ। मैं तो चाहनी आ कि तू ते निहाल ब्याह करा लो। की? मैं ते निहाल ब्याह? देखो बेटा ए थोड़ा अमरीका कनेडा नहीं है जिथे मुंडा कुड़ी ब्याह कराए बिना कठे रह लेंगे। इत्थे ता ब्याह कराना ही पैंदा। एदा मतलब निहाल मैनू इत्थे झूठ बोल के लेके आया है कि मेरी जान नू खतरा है, इत्थे ता मेरे पूरे खानदान नू खतरा है। की गल बेटा, चुप्पी हो गई? पंजाबी कुड़ी जिथे मर्जी रह ले, संग ओदे नाल ही रहिंदी आ। किन्नी साउ कुड़ी आ, सच्चे पाशा तेरा लख लख शुक्र। I can't believe me, हमने मेरे नाल ऐसा चीटिंग की थी है। हुण मैनू समझ आया why everybody was calling me new bloody cheat Nihal, I don't want to see your face, where am I going? Airport kithe? जसनीत टैची चाके किधर दी दारी खिचती? I'm going to hell. ओह अच्छा, टटे को चलिया है? Hey listen, just stop your nonsense, okay? मैनू पता चल चुका है तेरा दोस्त निहाल कितना वड्डा झूठा है। चल जा, हुण पता लग ही गया, चल घरे बह के गल करते, चल आ जा। मेरे सूटकेस नु हाथ ना ला। जिहो जिहा झूठा तेरा दोस्त, ओह जिहा झूठा तू। ले साडा सारा पिंड ही झूठे दा, सरपंच तो लैके कोदू तक सारे झूठे आ। जहे जी कोको, ओहे जे कोको दे बच्चे, साडा ते पिंड फस्ट ही झूठ चाउंदा। You mean this whole bloody village of yours is full of liars? हां जी। God, you bloody villagers. कमाल है, तुसी बाहरले पढ़े लिखे किन्ने हुंदे हो, मिंट जी सारी गल समझ लैंदे हो। चल आज बैठ के मेरे सूटकेस नु हाथ ना ला। मैं क्या ना तैनू, अपने दोस्त निहाल नु बस मेरा एक मैसेज दे दे, मैं जा रही हां वापस कनाडा ते मेरे पीछे आंदी कोई लोड़ नहीं है। मेरी गल तो सुन, मेरी गल। ओ जसनीत, ओ जसनीत, ओ जसनीत, जसनीत गुस्सा नहीं कर दिया मेरी गल, पासे हट मेरी गल तो सुन। जसनीत मेनू फड़ा दे टैची, तू मेरी गल तो सुन। ओ गुस्सा नहीं करदा, घरे चल जसनीत, क्यों आए करदी? जसनीत ऐ नहीं करीदा हुंदा। मैं जा रही हां, ड्राइवर लेट्स गो। ओ सोनी पैसे ले ली करदी सवारी है। मैं पैसे दूंगी दूंगी। चल ले ली, आखरे तेरे मापे नाल साफ कर दूंगा मैं। खाली रिटर्न की टमली। ओए उत्ते तू साले दा लगदा, नाम की है तेरा? शनी। वाकया ही शनी आ सलिया तू, तेरी पत्री भी भूषण पंडित नूं दिखाउणी पैणी आ। नाले गल सुनो मेरी, मैं तो बच के रही, बड़ा कब्बा सुभा है मेरा। तारी ओ निहाल। हाँ तारी। ओ सलिया तेरा तो बेड़ा ही बह गया। ओए की होया हुण? पुत तेनू भी टंकी ते चढ़ना पैणा। ओ सलिया गल दसेंगा की होई? ओ जसनीत टैची चक्की फिरदी सी, आ हुणे भूण ते बह के निकली है, ओनू सारा कुछ पता लग गया। कहिंदी निहाल वर्गा झूठा बंदा इस दुनिया ते है ही नहीं। है? आहो ਗੜ ਜਾ।
यार तेनू मैं की दसा अपनी जिंदगी की स्टोरी। मैं एक कुड़ी प्यार करता सी जिहदा नाम सी सिमरत, वो मैंने छड़ के कनेडा चली गई। बेबे के कहने वो पिछे मैं कनेडा चले गया। उत्थे जाके मैंने वो तो मिली नहीं गई, तेरी बॉडीगार्ड की नौकरी मिल गई। हुण तेनू लैके मैं पंजाब आ गया, बेबे लग्या मैं उस कुड़ी लैके आ गया जिहदे पिछे मैं कनेडा गया सी, वो तेनू अपनी नूंह समझ बैठी। फिर मैं की करां? तेरी प्रॉब्लम तू आप सांभ। एडजस्ट कर यार। मैं नहीं करना एडजस्ट, पहले सोचना चाहिए था ना ये सब कुछ। मैं ज्यादा दिन नहीं कह रहा, दो चार दिन। मैं नहीं करना एडजस्ट, तू जा इत्थों। मेरी गलत है, कोई फायदा नहीं। आई सेड जस्ट गो। ट्राई टू अंडरस्टैंड। आई सेड जस्ट गो यार। देख ले एक, मैं क्या जा इत्थों। देख ले एक बारी, जस्ट गेट लॉस्ट, गो अवे। हेलो, चलो वीर जी भाई पूछ ला एक करी होर, शायद मान नहीं जाए। तू पूछ ला, चल साले चौधरी बन जांदे रे। बेबे सतना वाहिगुरु। हाँ पुत्त बोल। बेबे मैं तेरे नाल एक गल करनी सी। की गल करनी है पुत्त? बेबे मैं सोचदा भी ऐतकी तेनू पौंटा साहब मत्था टका के लियावां। लै ए तां तू बड़ा ही चंगा सोचिया पुत्त, माड़े जे दिन खोल लैण दे फिर आपां चलदे आ, नाले जसनीत नू भी मत्था टका लियावांगे। बेबे मैं एक्चुअली मैं उही गल तेरे नाल करनी सी। दस। आपां नू पिंड छड्डना पैणा बेबे। क्यों, पिंड छड्ड के किथे जाणा? चंडीगढ़ चलदे आ बेबे। उत्थे बेबे नाले किन्नियां सहूलतां ने, रोज गार्डन 17 सेक्टर, PGI कोल आ, नाले बेबे नाडा साहब भी आ उत्थे, शाम सवेरे मत्था टेक लिया। आहो हुण तेरी कनेडा वाली वोटी जो आ गई, हुण तेरा पिंडां च किवें जी लगणा? अब बेबे उही तां मैं गल करनी सी कि भी जिहड़ी कनेडा वाली आ ना ओह एक्चुअली थैंक यू ओए ना। सत श्री अकाल जी। पुत तू की कहना सी कनेडा वाली बारे? आही बेबे भी आ कनेडा वाली ना चाह बहुत स्वाद बनाउंदी आ, भूतां ही कढ दिंदी आ चाह दियां तां बेबे। लै अच्छा तू मैनू ये दस निहाल, तू सच्ची चंडीगढ़ कोठी पाएगा? ओ मैं ता हसदा बेबे, चंडीगढ़ की ने जाना, हॉर्न बजदे रहंदे आ टैं टैं पैं पैं, पिंडा ही ता बहार आ बेबे, नाले अजकल ता फुल भी बड़े सोहने सोहने खिड़दे आ। रूप डोंट वरी, आई एम फाइन हियर, आई विल बी सेफ रियली, इट्स जस्ट अ मैटर ऑफ अ फ्यू डेज, आई मिस यू टू, बाय। जसनीत मैं अपनी जानवर की भी तरह कर्जा नहीं उतार सकता। अच्छा, जे मैं नाभे दा महाराजा हुंदा ना तां तैनू अपने कीमती मोतियां दा हार भेंट करदा, पर हुण तां जट कोले सिर्फ एक जफी है, ओ तेरे मैनू लगदा मेच नहीं आउणी। ज्यादा ड्रामे ना कर, तू तां निरा झूठा है। थैंक यू, पर मैं प्यार करन वालियां दी रिस्पेक्ट करदी आ। रिस्पेक्ट करी जाई, प्यार ना करी। ਇਹਦੇ ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ। ਸੱਚੀ ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ, ਆਈ ਫੀਲ ਸੋ ਲੱਕੀ, ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ। ਓ ਗੋਡ, ਆਈ ਕਾਂਟ ਵੇਟ ਟੂ ਸੀ ਹਿਮ। ਖੁਸ਼ ਰਹੋ, ਆਬਾਦ ਰਹੋ, ਜਹਾਂ ਵੀ ਰਹੋ ਆਪਣੇ ਸੱਜਣ ਸਿਉਂ ਕੇ ਪਾਸ ਰਹੋ। ਚੱਲ ਚੱਲ ਹੁਣ ਡਰਾਮੇ ਨਾ ਕਰ, अपनी तो सारी जिंदगी ड्रामे च लंगी आ। मिस्टर ड्रामेबाज, मैं जो कुछ भी कर रही हूँ बेबे ले कर रही हूँ, क्योंकि मैं उन्हें उदास नहीं देख सकती। बेबे का ख्याल रखी जाई, बेबे का पुत भावे सलफास पी के मर जाए। हो ड्राइवर नू रोड़ ते जट नू होड़ प्यारे जाना तो कपड़े चेंज करके आनी हूँ।
कपड़े चेंज करी जाई माइंड ना चेंज करी निहाल पुत गल सुन जी कश्मीरो दी मज मर गई अच्छा। मैं चली हां अफसोस करन आज चाची अली फेर चली रब मेहर करे की क्या अब मैं क्या रब मेहर करे मज दी रूह दे उत्ते ओनू अपने चरणा च थां देवे जा तू बेबे फिर एक काम करी जसनीत नो कही ओ जड़े कपड़े दीवान ते पए आ ना ओ सारे धो दे अच्छा कपड़े धोने आ बेबे मेरा मतलब कपड़े धोने आ जसकोने भी आ मशीन च पा दांगे नाल दे नाल सुका भी दऊ पुत मशीन च आपा किवें पा दांगे ओ तां इन्ने दिनां तों खराब पई आ बेबे मैनूं लगदा सर्फ भी मुक्या होणा आपां कल्लू धोलांगे ना पुत सारा कुछ हैगा चंगा मैं चलदी आ ओ रब्बा दे मैनूं थापी बस मैं अज थापी परेड करन जोगा हो जा सड़े कपड़े धोने किहड़ा सौखे पए आ सब सड़े झूठे आके दूध जी सफेदी बिना मले हैं आ गई मेरा मजाक उड़ाने तू कपड़े धो रहे हैं नहीं कपड़े बेहोश हो गए सीगे जी पानी चिट बुट पो इन्हों होश च लिया रहा जी तू तो चेंज करन गई सी नाले मैं माइंड चेंज कर लिया साढ़े बारी ना करी कदे कुछ नहीं अच्छा सुन मैं तेरी हेल्प करा दा करा सकदी हां बिल्कुल करा सकदी हां पिक मोगरी थापी आई मीन दिस बैट ओ दिस बैट नाउ हिट दैट कपड़ा मारना मेरा चक्का तू यू सेड हिट इट रहन दे तू ए कर अब पानी दी पाइप चक मेनू दसी चल वी दाग किथे किथे आ दाग ता तेरे मुंह ते भी बहुत ने थोदा अच्छा ना मैडम जी थोड़ा तो स्पेयर पार्ट भी नहीं मिलना इत्थों हेलो निहाल छेती करे आजा ओ यार मैं तो हले एक बेबे दी चुन्नी धोनी आ ते दो मरियां बनाना इडियट चुन्नियां ते बनाना नु छड पापा दे दोस्त शाम नु तेनु घरे मिलन आ रहे ने तू बस जल्दी आजा अच्छा फिर मैं छेती तो पहला आया निहाल बेटा ए अमरीक कोने मेरे बहुत पुराने मित्र ने अच्छा जी तू आए कर पुत जिनी देर तक बुढ़िया रोटी रूटी लेके आउणगीयां ना तुसीं जाओ अपनी गल्लां बातां मारो ਬਾਈ ਜੀ ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ ਅੱਛਾ ਥੈਂਕ ਯੂ ਨਾਲੇ ਬਾਈ ਜੀ ਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ ਹੋਰ ਕੀ ਚਾਹੀਦਾ ਜ਼ਿੰਦਗੀ ਤੋਂ ਸਹੀ ਗੱਲ ਹੈ ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾਂ ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧੋਵਾਂ ਕਦੇ ਕਚੱਲਾਂ ਕਦੇ ਸੁੱਕਣੇ ਪਵਾਵਾਂ ਇੱਕ ਥਾਪੀ ਉਹਦੇ ਹੱਥ 'ਚ ਹੋਵੇ ਇੱਕ ਥਾਪੀ ਮੇਰੇ ਹੱਥ 'ਚ ਹੋਵੇ ਇੱਕ ਥਾਪੀ ਮੈਂ ਮਾਰਾਂ ਇੱਕ ਥਾਪੀ ਉਹ ਮਾਰੇ ਸਲੀਆਂ ਮਾਰ ਮਾਰ ਥਾਪੀਆਂ ਝੱਗਾ ਫੜਦੀ ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ ਪਰ ਗੱਲ ਦਾ ਸਵਾਦ ਬਹੁਤ ਆਇਆ ਹਾਂਜੀ ਕੀ ਗੱਲਾਂ ਚੱਲਦੀਆਂ ਨੇ ਕੀ ਹਾਲ ਹੈ ਸਮਰ ਬਸ ਵਧੀਆ ਜੀ ਬਾਈ ਮੈਂ ਚੱਲਦਾ ਯਾਰ ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ ਬਚਪਨ ਤੋਂ ਕਲਾਸਮੇਟ ਸੀ ਮੇਰਾ ਪਰ ਕਿਉਂ ਨਹੀਂ ਨਹੀਂ ਵੈਸੇ ਪੁੱਛਿਆ ਫੇਰ ਵੀ ਕਿਉਂ ਪਿਆਰ ਕਰਦਾ ਤੈਨੂੰ ਪਾਗਲ ਹੋ ਗਿਆ ਨਿਹਾਲ ਤੂੰ ਵਾਹ ਓਏ ਮੇਰੇ ਰੱਬਾ ਆਸ਼ਕ ਤਾਂ ਜਮਾਂ ਸਿੱਧੇ ਬਣਾਤੇ ਤੇ ਮਸ਼ੂਕਾਂ ਜਲੇਬੀ ਵਰਗੀਆਂ
हम्टी डम्प्टी सेट ऑन अ वॉल हम्टी डम्प्टी हैड मेरे तो नहीं हम्टी डम्प्टी सिखे जांदे नाले मेरे तो नहीं किसी वास्ते आप दे आप नु बदलया जांदा जिन्हें मेरे पसंद करना हो इदा दियो कर लो तैनू किने पसंद करना है चौथी जमात तो लेके दा तू निहाल 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 दे जाप करदी आ रही अनमोल तू मैनू चौथी जमात तो भी देखदा हुंदा सी हां मैं तैनू देखदा हुंदा सी तेरे पिछे दा खमानो स्कूल दे दो मुंडियां दा मैं खड़कैंता चाड़ता सी क्यों ओ साले तैनू मोटी मोटी कह के बुलाउंदे सी मोटी तां मैनू कहंदे सी फिर तैनू कदा दुख लगदा सी मैं तैनू पसंद करदा सी ते अज नहीं पसंद करदा करदा अज भी करदा हाय अनमोल तू तो मेनू बहुत ही चंगा लगदा गोली मार निहाल नू आई लव यू वेरी मच अनमोल ओए तैनू तो अंग्रेजी आउण लगी इन्नी कि तां मेनू शुरू तो ही आउंदी सी अंग्रेजी अनमोल तू दस तू मेनू व्याह कराएगा ना कराएगा ना अनमोल दस अनमोल तू मेनू व्याह कराएगा ना कराएगा अनमोल नहीं तो मैं टैंकी ते चढ़ के निहाल ने ना करती सपना जाके टैंकी ते चढ़ गई फिर किते जाके निहाल ने तेरा फोटो दिखाया सानू ऐसा मतलब तुसी मेरी फोटो मेरे आउन तो पहला वेख ली सी हाँ पुत्त तेरा फोटो देखन तो बाद ही ता निहाल सारे पिंड दे कहन ते तेनू इत्थे लेके आया निहाल मैं तेरे ते किन्ना भरोसा कीता ते तू तारी हेलो हाँ तारी है?
ਨਹੀਂ ਆ ਕਿੱਥੇ ਚੱਲੀ ਆ ਉਹ ਤੋਤੀ ਰੁਕ ਰੁਕ ਸਾਲਿਆ ਰੁਕ 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 ਕਿੱਥੇ ਚੱਲੇ ਜੀ ਭੂੜ ਤੇ ਬਹਿ ਕੇ ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪੜਦੀ ਸੈਰ ਇਨ ਪੌਂਡ ਫੇਸਬੁੱਕ ਤਾਂ ਬੜਾ ਪਤਾ ਹੈ ਤੈਨੂੰ ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ ਕਿਹੜੀ ਫੋਟੋ ਮੇਰੀ ਫੋਟੋ ਬੇਬੇ ਨੇ ਦੱਸਤਾ ਮੈਨੂੰ ਸਭ ਕੁਛ ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ ਉਹ ਬਸ ਕਰ ਤੂੰ ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ ਮੈਂ ਸੱਚ ਬੋਲ ਰਿਹਾ ਵਾਂ ਯਾਰ ਪਿੰਡ ਵਾਲੇ ਮੇਰਾ ਵਿਆਹ ਕਿਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ ਧਾਰੀ ਨੇ ਸਾਲੇ ਨੇ ਨੈਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ ਫਿਰ ਮੈਂ ਕੈਨੇਡਾ ਗਿਆ ਬਾਕੀ ਦੀ ਸਟੋਰੀ ਯੂ ਨੋ ਬੈਟਰ ਹੈਲੋ ਚੱਲ ਕਰ ਚੱਲੀ ਨਾ ਜਸਟ ਸ਼ਟ ਅਪ ਹਾਊ ਡੇਅਰ ਯੂ ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਨਹੀਂ 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 ਗੱਲ ਇਦਾਂ ਦੀ ਨਹੀਂ ਕਿ ਟ੍ਰਾਈ ਟੂ ਅੰਡਰਸਟੈਂਡ ਮੇਰੀ ਗੱਲ ਸੁਣ ਪਲੀਜ਼ ਚੱਲ ਮੈਂ ਬੇਬੇ ਨੂੰ ਕੀ ਦੱਸੂਗਾ ਨੋ ਡਰਾਈਵਰ ਲੈਟਸ ਗੋ ਪਲੀਜ਼ ਆ ਯਾਰ ਤੇਰਾ ਯੈਲੋ ਟਿਕਟ ਟੁੱਟ ਨਾ ਜਾਵੇ ਮੇਕ ਯੂ ਨੋ ਵੇ ਡਰਾਈਵਰ ਚਲੋ ਨਾ ਡਰਾਈਵਰ ਇੱਕ ਮਿੰਟ ਜਸਟ ਗੈਟ ਆਊਟ ਆਫ ਮਾਈ ਲਾਈਫ ਯਾਰ ਜਸਟ ਗੋ ਵੇ ਅੱਛਾ ਹੁਣ ਵਾਲੇ ਨੂੰ 25 ਰੁਪਏ ਦੇ ਵੱਧ ਨਾ ਦੇਈ ਮੈਂ 50 ਦੂੰਗੀ ਐਨੀ ਪ੍ਰੋਬਲਮ ਜਸਟ ਗੈਟ ਲੋਸਟ ਤੋਦੀ 50 ਲੈ ਲਈ ਓਏ 25 ਤੇਰੇ ਭਾਪੇ ਨਾਲ ਕਰ ਲੂੰ ਮੈਂ ਡਰਾਈਵਰ ਚਲੋ ਟੇਕ ਕੇਅਰ ਆਉਣਾ ਇਹ ਤਾਂ ਚੱਲੀ ਕੈਨੇਡੇ ਹੁਣ ਬੇਬੇ ਨੂੰ ਕੀ ਜਵਾਬ ਦਊ ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ 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 ਦੇਣਾ ਟਾਇਰ ਦਾ ਪੈ ਗਿਆ ਪਟਾਕਾ ਓਏ ਗੱਲ ਨਿਹਾਲ ਸਿੰਘ ਨਹੀਂ ਤੇਰਾ ਬਾਡੀਗਾਰਡ ਕਹਿ ਰਿਹਾ ਕਿਉਂ
मैं सोचा भी नहीं सी मेरा बोलिया होया एक झूठ मेरी जिंदगी दा एडा वड्डा सच बन जाऊगा। तू तो जानता ही है वो किसी होर नूं चाहुंदी है, एक गल सोचण दा की फायदा फिर। प्यार उस वक्त दे पानी दे बहाव वर्गा हुंदा जिसनूं आपां रोक नहीं सकदे। तेरी ये गल्लां ना मेरी समझ तो बाहर नहीं। रब ते प्यार नूं गल्लां नाल नहीं समझा जांदा, जे समझणा है ते जाके समर दीआं अक्खां च देख। समर की मतलब? सच्चे संत ते पक्के आशक दी तां अख दस दिंदी है, जाके उहदा हथ फड़ लै तेरी जिंदगी बन जाऊ, बाकी तेरे घरदिआं नूं उहने आपे मना लैणा। सड़े आशकां नूं गल्लां बहुत आउंदियां हुंदियां ने। बहुत बहुत बधाइयां होण जी, अज तुहाडी नूर राणी दी आण दी खुशी च मैं अखंड पाठ रखवाया। बड़े दिनां बाद इस घर नूं भाग लगे ने। निहाल दे बापू जी, अज तुहाडी कमी बहुत महसूस हो रही है, जे इस खुशी दे मौके ते तुसीं साडे नाल हुंदे तां। बेबे जी की हो गया, तुसी अखां क्यों पार लिया? पुत्तर, अज निहाल दे बापू जी दी बहुत याद आ रही है। निहाल छोटा जिहा हुंदा सी जदों सानू दोहां नूं कल्या नूं छड्ड के इस दुनिया तो चले गए। बेबे जी, I'm sorry, मैं... कोई नहीं पुत्त, उन्हां दे जान तो बाद साडे मां पुत्त दी जिंदगी विच पहली बार कोई खुशियां लेके आया। बस हुण तां रब अगे ही अरदास है केस कर लो किसी दी नजर ना लगे। हुण तां छेती देने तेरा ते निहाल दा ब्याह हो जावे, नाले अज तो बाद निहाल दी जिम्मेदारी तेरी। हुण तां मेरा पोते पोतियां नाल खेडण नूं बड़ा ही जी करदा। नाले एक गल होर, मुंडा होवे या कुड़ी, मेरे निहाल ते नहीं जाना चाहिदा। बेबे नूं तां मैं आपे मना लूंगा। हो जन्नत वाले नूं जाण लगे सी, रोइयां वाले नूं मुड़ के आ गए। हाय पता न लगिया दर्द दिला दे कित्थों कित्थों जुड़ के आ गए। होए तू ते सौ गया चुप वट के अंबर दे तारे है दिल शेर दा हिरनी ने मारिया। जख्मी है दिल शेर दा हिरनी ने मारिया।
मैं हमेशा तेनू दुख ही दिते ने, कदे भी तेरा बीबा पुत ना बन सकिया, पर ये भी सच है कि तेरा नलायक पुत तेनू प्यार बहुत करदा। जख्मी है दिल शेर दा, तेरे नीने मारे आ। जख्मी है दिल शेर दा, तेरे नीने मारे आ। एक ओंकार सतनाम करता पुरक निर्वाण। हाँ पुत्र, एक गल पूछनी सी तेरे तो। केड़ी गल पूछनी सी? मां ते पुत दे रिश्ते च सब तो पक्की तंद केड़ी हुंदी है बेबे? ए किद्दा दा सवाल पूछ लिया तू? तू ठीक ता है ना? मैं ता ठीक हां बेबे, पर पहले मेरे सवाल दा जवाब दे। पुत, सब तो पक्की तन ता प्यार ते विश्वास दी हुंदी आ, रिश्ता पावे जेड़ा मर्जी होवे। पर जे किसे बद नसीब तो तन टुट जे बेबे? पुत, तंदा एक वारी टुट जान ता फिर बहुत औखियां जुड़दियां ने, ते जे जुड़ भी जान ता गांड जरूर पैंदी आ। पर जे उस अकाल पुरख दी मेहर होवे ता माफी दी तन नाल रिश्ता जरूर जुड़ सकता। बस फिर बेबे, अपने इस नलायक पुत नूं माफ कर दे। मैं सारी जिंदगी तेरे ना झूठ बोलिया बेबे, मेरा जिस सुनीत नाल व्याह नहीं होया ओनू मैं झूठ बोल के लेके आया। निहाल, मैनू माफ कर दे बेबे, नहीं तो तेरे बदनसीब पुत नू रब ने भी माफ नहीं करना। तेरे झूठ ने मेरा दिल तो बहुत दुखाया पुत, पर मां दी खुशी लई इन्ना कुछ करने वाला पुत्र केड़ा रब सारे नू दिंदा? ना मेरा पुत, शायद जे तू ये झूठ ना बोलता तो मैनू जसनीत वर्गी धी का प्यार ना मिलता। उन्हें भी मैनू खुश रखने लई बहुत कुछ किया। निहाल दे बापू जी, निहाल नू माफ कर देना, उन्हें मेरे खुशी खातिर झूठ बोलिया सी। मैनू निहाल ने सब कुछ सच सच दस दिता बेटा, तेनू कोई बार मिलना आ। Happy birthday to you, happy birthday to you, oh gosh, I missed you so much, I love you my sweetheart. Oh, ki ho gaya, kithe gawachi hai, apna hi birthday puli baithi hai. Jassi? Nihal. Nihal. रूप। हाय निहाल, नाइस टू मीट यू। सत श्री अकाल जी। मेरी बहना जी देरो। चलिए हां पा। पुत्र, पहली बारी घर आए हो, कुछ चाय पानी पी के जाओ। बेबी जी, थैंक यू सो मच, एक्चुअली वी आर गेटिंग वेरी लेट, शैल वी लीव? नहीं, यू गो, आई विल कम। ओके, आई विल वेट नियर द कार। चंगा जी, सत श्री अकाल। पुत्र, जे फिर कदे इंडिया आई तो मिलके जरूर जाई,
थैंक यू निहाल। एक गल होर, पग बन के रखा कर, सोना लगता है। रूप वेट कर दा। थैंक यू सो मच सरदार जी, तुसी मेरी जस्सी का बड़ा ख्याल रखे। मैं तो कहना तुसी भी कोई सोनी जी कुड़ी लभ लो और ब्याह करा लो, क्यों जस्सी? मेरी चिंता ना कर, हर सरदार नू कुड़ी मिल जाती है, पर हर कुड़ी नू सरदार नहीं मिलता। ठीक है जी, चलिए आओ जी बैठो। Stop the car, Ruth. What happened, darling? तू गड्डी तो थली क्यों उतराई? I hope everything is okay. Come on, let's go. एक मिनट. Okay, okay. I don't want to leave, Ruth. I don't know, but I just don't want to leave this place and go. Have you gone mad? मैं इतनी दूर तेन लैन आया थे, तू कह रही तू मेरे नाल नहीं जा सकती? I don't know what's wrong with me, Rup. Just confused that all I know is मैं कनाडा नहीं वापस जाना चाहती। I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my. Don't tell me that you're in love with Nihal. तू उन्हें एक बारी रुकने लगी, क्या कहता देखना सी? की फायदा? उतार रूप नू प्यार कर दिया। वेखी निहाल कितने पुले खेचने रह जी। कुड़ी दे ऐता पता लग जान्दा हुंदा कि रुस्सी किधे नाले। पर ये कहना बहुत मुश्किल हुंदा है कि प्यार किधे नाल कर दिया। ऐता मैनू पता नहीं। बस मैं तो यही जानता भी बंदा जिनू प्यार करता होवे उदा कदे दिल नहीं तोड़ सकता। निहाल ने तेनू कुछ कहा? वो तो झूठा है, कुछ नहीं कहता, बस गल्ला ही करी जांदा है। ओके, लिसन टू मी, निहाल इज अ वेरी नाइस गाय। जे तुसी दोनों एक दूजे नू प्यार करदे हो तो डोंट बॉदर अबाउट मी। I will do anything for your happiness, Jesse. Trust me. Thank you so much, Rup. Thanks a lot for that. नले मैं तेरे घर देनूं आज सारा कुछ सच सच दस देना कि मैं वो मुंडा नहीं जिन्हें तेनूं धोखे नाल कनेडा बुलाया सी। मैनूं ये सच बारे तो पहले ही पता सी बेटा जी। मैं ये भी जानदा कि तू आ सारा कुछ साडी खुशी लई कर रहे हैं ते मैं अपने परिवार की खुशी लई तेनूं अपना जवाई मन के तेरा वेलकम किया सी। पर मेरियां अखां हाले भी इस कंजर नूं लभ रहीआं ने जिन्हें मेरी बेटी नूं धोखा दित्ता सी। रहन दो पापा। ओ देख तां लैण दे किन्ना सोहणा मेरे नालों। प्लीज। ओ ले आओ रे। आई हेट हिम। हुण तैनूं ते निहाल नूं मिलाणा।
ਕਿਵੇਂ ਜਾਣਦਾ ਹੈ? ਇਹ ਉਹੀ ਆ ਜਿਹੜਾ ਜਸਨੀਤ ਨੂੰ ਮੇਰੇ ਤੋਂ ਲੈ ਕੇ ਗਿਆ। ਓ ਨੋ, ਜਸਨੀਤ ਕੁਛ ਬੋਲੀ ਨਾ, ਮੇਰੀ ਗੱਲ ਧਿਆਨ ਨਾਲ ਸੁਣ। ਇਹ ਰੂਪ ਉਹੀ ਮੁੰਡਾ ਵਾ ਜਿਹਨੇ ਸਿਮਰਤ ਦੀ ਜ਼ਿੰਦਗੀ ਬਰਬਾਦ ਕੀਤੀ ਆ। ਮੈਨੂੰ ਲੱਗਦਾ ਤੇਰੇ 'ਤੇ ਜਿਹੜੇ ਅਟੈਕ ਹੋ ਰਹੇ ਨੇ ਨਾ, ਇਹ ਵੀ ਇਹੀ ਕਰਾ ਰਿਹਾ। ਬਚਾ ਰਿਹਾ ਸੀ ਜਦ ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਅੱਜ ਮੈਂ ਉਹਨੂੰ ਜ਼ਰੂਰ ਮਾਰਾਂਗਾ। ਜੇ ਸਿੰਘ ਤਾਂ ਮੈਂ ਨਾ ਤਾਂ ਬਚਾ ਲਿਆ ਆਪਣੀ ਕੌਰ ਨੂੰ। ਜਸਨੀਤ, ਉਹ ਲੁਕਾ ਚੁੱਪੀ ਦਾ ਖੇਡ ਖੇਡਣਾ ਤਾਂ ਕੋਈ ਗੱਲ ਨਹੀਂ, ਖੇਡ ਲੈਂਦੇ ਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਇਹੋ ਜਿਹਾ ਨਿਕਲੇਗਾ ਰੂਪ। ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰ ਦਿੱਤਾ। ਤੇਰੇ ਤੇ ਮੈਂ ਇੰਨੇ ਅਟੈਕ ਕਰਵਾਏ, ਪਰ ਤੂੰ ਹਰ ਵਾਰੀ ਬਚਦੀ ਰਹੀ। ਜਾਣਦੀ ਹੈ ਕਿਉਂ? ਕਿਉਂਕਿ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਸੀ, ਸਿਰਫ ਡਰਾਉਣਾ ਚਾਹੁੰਦਾ ਸੀ ਤਾਂ ਕਿ ਸਾਰੀ ਦੁਨੀਆ ਤੇਰੀ ਫੈਮਿਲੀ ਤੇ ਸ਼ੱਕ ਕਰੇ। ਮੇਰੇ ਤੇ ਨੇ ਫਿਰ ਜਦੋਂ ਤੂੰ 21 ਸਾਲਾਂ ਦੀ ਕਰੋੜਪਤੀ ਬਣ ਜਾਂਦੀ, ਸਾਰੀ ਪ੍ਰਾਪਰਟੀ ਤੇਰੇ ਨਾਂ ਹੋ ਜਾਂਦੀ, ਤਾਂ ਮੈਂ ਤੇਰੇ ਨਾਲ ਵਿਆਹ ਕਰਦਾ। ਫਿਰ ਹੌਲੀ ਹੌਲੀ ਮੈਂ ਤੈਨੂੰ ਮਾਰਦਾ।
ऑटोमैटिकली सारी प्रॉपर्टी मेरे नाम हो जाती। पर तो स्नेहाल नु दिल दे के मेरी सारी उम्मीदा ते पानी फेर दिता। पर हुण तू मेरे कब्जे च है, कौन बचाएगा तेनू? ओ सिंह, ओ निहाल सिंह, ओ ता डर गया। बंदे चो डर कट दिए तो जट बाकी लात।
लो जी तुहाडे रूप दा काम तां निबड़ गया, हुण दसो की प्लान आ। मैं की दसना, बना ले अपने बेबे दी नूं, दस मंजूर है? जे मंजूर नहीं ते उही तेरे पिछे तपड़ तपड़ी होया फिरदा। गल सुन, गो बैक होम, कपड़े धोण वाले पए ने। हां कपड़े तां तू ही धोएगा। क्या एक्सपीरियंस तां तेरा ही ज्यादा है। ते रोटी रोटी भी तू ही बनाएगा, होर गुरुद्वारे हो लैनी है।